ਸਬਜੈਕਟ ਨੂੰ ਨਵਾਣਾ ਸਿੱਧੂ ਮੂਸੇ ਵਾਲੇ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਇਸ ਸਮੇਂ 'ਚ ਕਿਸੇ ਨੇ ਨਵਾਇਆ ਉਹ ਕੋਈ ਵੀ ਸਬਜੈਕਟ ਉਹਨੇ ਲਿਆ ਉਹਨੂੰ ਪੂਰਾ ਨਵਾਇਆ ਬਹੁਤ ਵਧੀਆ ਤਰੀਕੇ ਨਾਲ ਸੋ ਉਹਨਾਂ ਦੇ ਜੋ ਗੀਤ ਲਿਖੇ ਜਾਂਦੇ ਸੀ ਕੁਝ ਲੋਕਾਂ ਨੇ ਬੜੀ ਰੱਜ ਕੇ ਤਾਰੀਫ ਕੀਤੀ ਆਜ ਜਿਹੜਾ ਜਿੰਨੇ ਨਹੀਂ ਸੁਣੇ ਗਾਣੇ ਉਹ ਵੀ ਕਹਿੰਦਾ ਕਿ ਹਾਂ ਅਸੀਂ ਸੁਣਦੇ ਹਾਂ ਤਾਂ ਇੱਕ ਇੱਕ ਲਫ਼ਜ਼ ਇੱਕ ਇੱਕ ਜੋ ਲਹਿਜਾ ਆ ਉਹਦਾ ਬੜਾ ਵੱਡਾ ਇੱਕ ਮੀਨਿੰਗ ਨਿਕਲਦਾ ਆ ਬਿਲਕੁਲ ਸਹੀ ਉਹ ਤੁਹਾਨੂੰ ਸ਼ਾਇਦ ਇਹ ਵੀ ਨਹੀਂ ਕਹਾਣੀ ਪਤਾ ਹੋਣੀ ਵੀ ਉਹ ਕਿਸੇ ਬਹੁਤ ਵੱਡੇ ਕੰਕਾਰ ਕੋ ਬਹੁਤ ਵੱਡੇ ਅੱਜ ਦੇ 스타 ਕੋਲ ਗਾਣਾ ਲੈ ਕੇ ਗਿਆ ਸੀ ਵੀ ਉਸਤਾਦ ਜੀ ਮੇਰਾ ਆ ਗਾਣਾ ਹੈ ਮੈਂ ਲਿਖਿਆ ਮੈਂ ਗਾ ਦੋ ਤੁਸੀਂ ਉਹ ਕਹਿੰਦਾ ਤੇਰੇ ਵਰਗੇ 36 ਫਿਰਦੇ ਨੇ ਵੀ ਅਜੇ ਤਾਂ 20 ਤਰੇ ਫਿਰਦੇ ਨੇ ਲਿਖਣੇ ਵਾਲੇ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕੇ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਦਾ ਸਵਾਗਤ ਕੀਤਾ ਹੁਣ ਤੱਕ 7.5 ਲੱਖ ਲੋਕ ਇੱਥੇ ਓਪੀਡੀ ਦਾ ਫਾਇਦਾ ਲੈ ਚੁੱਕੇ ਨੇ 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਮੁਫਤ ਦਵਾਈ ਮੁਫਤ ਇਲਾਜ ਨਿਖਰ ਰਿਹਾ ਪੰਜਾਬ ਕੁਝ ਗੀਤਾਂ ਦੇ ਨਾਲ ਦੇ ਨਾਲ ਨਾ ਵਿਵਾਦ ਵੀ ਜੁੜ ਜਾਂਦੇ ਨੇ ਜਦੋਂ ਵਿਵਾਦ ਹੁੰਦਾ ਹੈ ਤਾਂ ਫਿਰ ਗਾਇਕ ਕਹਿੰਦਾ ਜੀ ਜਿਹਨੇ ਲਿਖਿਆ ਉਹਦੀ ਗਲਤੀ ਆ ਜਿਹੜਾ ਲਿਖਣ ਵਾਲਾ ਉਹ ਕਹਿੰਦਾ ਜੀ ਗਾਇਕ ਦੀ ਡਿਮਾਂਡ ਸੀ ਉਹਨੇ ਗਾਇਆ ਕਿਉਂ ਇਹ ਉਹਦੀ ਗਲਤੀ ਆ ਤੇ ਗੀਤਕਾਰ ਦੀ ਗਲਤੀ ਹੈ ਕਿਉਂਕਿ ਜਿੱਥੋਂ ਗੀਤ ਪੈਦਾ ਹੁੰਦਾ ਗੀਤਕਾਰ ਤੋਂ ਪੈਦਾ ਹੁੰਣਾ ਆ ਖਾਸ ਕਰਕੇ ਸੋਸ਼ਲ ਮੀਡੀਆ ਤੇ ਇੰਨੀਆਂ ਗਾਲਾਂ ਇੰਨੇ ਕਮੈਂਟ ਚਾਰ ਬੰਦੇ ਉਹਦੇ ਨਾਲ ਲੱਗ ਜਾਂਦੇ 10 ਉਹਦੇ ਨਾਲ ਲੱਗ ਜਾਂਦੇ ਆ ਉਹ ਜਿਹੜਾ ਤਬਾਸ਼ਾ ਹੈ ਨਾ ਉਹ ਕਿਤੇ ਨਾ ਕਿਤੇ ਦੁਨੀਆ ਜਦੋਂ ਦੇਖਦੀ ਆ ਉਹ ਬਹੁਤ ਸਾਡਾ ਗਰਾਫ ਜਿਹੜਾ ਥੱਲੇ ਚਲਾ ਜਾਂਦਾ ਸੀ ਮੈਂ ਤਾਂ 2 ਮਿੰਟ ਦੇ ਵਿੱਚ ਗੀਤ ਲਿਖਦਾ 5 ਮਿੰਟ ਦੇ ਵਿੱਚ ਗੀਤ ਲਿਖਦਾ ਕਿ ਗੀਤ ਲਿਖਣਾ ਇੰਨਾ ਆਸਾਨ ਹੈ ਕਿ ਤੁਸੀਂ ਸਿਰਫ 5 ਮਿੰਟ ਦੇ ਵਿੱਚ ਇੱਕ ਗੀਤ ਪੂਰਾ ਲਿਖ ਸਕਦੇ ਹੋ ਵੀ ਗੀਤਕਾਰ ਜਿਹੜੀਆਂ ਬਹੁਤ ਤਪੱਸੇ ਵਾਲੀ ਚੀਜ਼ ਐ ਇਹਨੂੰ ਸਿੱਖ ਕੇ ਪੜ੍ਹ ਕੇ ਫੇਰ ਤੁਸੀਂ ਅੱਗੇ ਵਧਣਾ ਚਾਹੀਦਾ ਜੀ ਅੱਜ ਦੇ ਟਾਈਮ ਤੇ ਇੱਕ ਸਿੰਗਰ ਖੁਦ ਲਿਖ ਰਿਹਾ ਐ ਖੁਦ ਕੰਪੋਜ਼ ਕਰ ਰਿਹਾ ਖੁਦ 뮤직 ਦੇ ਰਿਹਾ ਖੁਦ ਡਾਇਰੈਕਟ ਵੀ ਕੀਤਾ ਜਾ ਰਿਹਾ ਖੁਦ ਪ੍ਰੋਡਿਊਸ ਵੀ ਕੀਤਾ ਜਾ ਰਿਹਾ ਗੀਤਕਾਰਾਂ ਦਾ ਸਾਡੇ ਇੰਡਸਟਰੀ ਦੇ ਵਿੱਚ ਆਉਣ ਵਾਲਾ ਫਿਊਚਰ ਕੀ ਆ ਕੀ ਪਰਿਖ ਹੋਏਗਾ ਜੀ ਜੀ ਕੋਈ ਗੀਤਕਾਰਾਂ ਨਾਲ ਕਈ ਵਾਰ ਤੱਕਾ ਵੀ ਹੋ ਜਾਂਦਾ ਨਵੇਂ ਰਾਈਟਰ ਅੱਛਾ ਲਿਖਦੇ ਨੇ ਦੀਪ ਮਾਨਕ ਛਿਡੇ ਤੱਕ ਜਾਣਾ ਹਾਂਜੀ ਕਿਉਂਕਿ ਇੱਕ ਉਹ ਗੀਤ ਜੋ ਤੁਸੀਂ ਉਹਨਾਂ ਦੇ ਲਈ ਲਿਖਿਆ ਘੁੰਮ ਘੁਮਾ ਕੇ ਇੱਕ ਲੰਬੇ ਸਮੇਂ ਤੱਕ ਉਹਨਾਂ ਦੇ ਤੱਕ ਪਹੁੰਚਿਆ ਇਹ ਸਮਾਂ ਲੰਘਦੇ 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 ਮੇਰੇ ਗਾਣੇ ਹਿੱਟ ਹੋ ਗਏ ਉਦੋਂ ਸਰਬਜੀ ਚੀਮਾ ਦਾ ਮੇਲਾ ਵੇਖਦੀ ਉਹ ਮਟਿਆਰੇ ਮੇਲਾ ਤੈਨੂੰ ਵੇਖਦਾ ਤੇ ਫਿਰ ਦੁਰਗਨ ਗੀਲਾ ਦਾ ਰੱਬ ਵਰਗਾ ਸੀ ਤਰਾ ਯਾਰ ਬੰਦੇ ਸਾਰੇ ਫਿਰ ਯਾਦਾਂ ਤੇਰੀਆਂ ਗਾਣੇ ਮਾਨਕ ਸਾਹਿਬ ਨੂੰ ਸੁਣਾਏ ਮਾਨਕ ਸਾਹਿਬ ਵੀ ਕਹਿੰਦੇ ਵੀ ਹਾਂ ਵੀ ਕਮਾਲ ਹੈ ਬਹੁਤ ਅੱਛੀ ਮੈਂ ਫਿਰ ਯਾਦ ਕਰਾਇਆ ਮੈਂ ਕਭੀ ਉਸਤਾਦ ਜੀ ਮੈਂ ਤੁਹਾਡੇ ਕੋ ਆਇਆ ਸੀ ਤੇ ਤੇ ਆਫਿਸ ਤੇ ਇਹ 9 ਸਾਲ ਪਹਿਲਾਂ ਮੈਂ ਤੁਹਾਨੂੰ ਦੇਖੇ ਗਿਆ ਸੀ ਤਕਰੀਬਨ 9 ਸਾਲ ਹੋ ਗਏ ਨਗਾਨੇ ਆ ਦੁਨੀਆ ਦੇ ਦੇਸ਼ਾਂ ਵਿੱਚੋਂ ਦੇਸ਼ ਹੈ ਨਿਆਰਾ ਸੋਹਣਾ ਜ਼ਿੰਦਗੀ ਤੋਂ ਸਾਨੂੰ ਸਾਡੀ ਜਾਨ ਤੋਂ ਪਿਆਰਾ ਸਾਰੀ ਦੁਨੀਆ ਦੇ ਦੇਸ਼ਾਂ ਵਿੱਚੋਂ ਦੇਸ਼ ਹੈ ਨਿਆਰਾ ਸੋਹਣਾ ਜ਼ਿੰਦਗੀ ਤੋਂ ਸਾਨੂੰ ਸਾਡੀ ਜਾਨ ਤੋਂ ਪਿਆਰਾ ਖੁਸ਼ੀ ਖੇੜਿਆਂ 'ਚ ਖਿੜਿਆ ਗੁਲਾਬ ਜਿੰਦਾਬਾਦ ਸਾਰੇ ਜੱਗ ਤੋਂ ਪਿਆਰਾ ਵੀ ਪੰਜਾਬ ਜਿੰਦਾਬਾਦ ਸਾਰੇ ਜੱਗ ਤੋਂ ਪਿਆਰਾ ਵੀ ਪੰਜਾਬ ਜਿੰਦਾਬਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋpro Punjab TV ਮੈਂ ਹਾਂ ਖੁਸ਼ੀ ਸਰਾ ਤੇ ਅੱਜ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀਆਂ ਇੱਕ ਬੜੀ ਹੀ ਸੋਹਣੀ ਕਲਮ ਦੇ ਮਾਲਿਕ ਦੇ ਨਾਲ ਜਿਨ੍ਹਾਂ ਨੇ ਬਹੁਤ ਸੋਹਣੇ-ਸੋਹਣੇ ਗੀਤ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਲਿਖੇ ਤੇ ਬੜੇ ਹੀ ਵੱਡੇ-ਵੱਡੇ ਗਾਇਕਾਂ ਦੇ ਵੱਲੋਂ ਉਹਨਾਂ ਦੇ ਇਹਨਾਂ ਗੀਤਾਂ ਨੂੰ ਗਾਇਆ ਗਿਆ ਤੇ ਲੋਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ 1000 ਤੋਂ ਵੱਧ ਗੀਤ ਲਿਖ ਚੁੱਕੇ ਨੇ ਤੇ ਅਜੇ ਵੀ ਉਹਨਾਂ ਦਾ ਲਿਖਣ ਦਾ ਸਫ਼ਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਚੱਲ ਰਿਹਾ ਹੈ ਮੈਂ ਗਾਇਕਾ ਰੀਆ ਪੱਟੀਪੜੀ ਵਾਲਾ ਜੀ ਦੀ ਜੋ ਅੱਜ ਮੇਰੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਇਸ ਸਫ਼ਰ ਨੂੰ ਲੈ ਕੇ ਤੇ ਨਾਲ ਦੇ ਨਾਲ ਇਸ ਇੰਡਸਟਰੀ ਨੂੰ ਲੈ ਕੇ ਕਿ ਕੀ ਹੈ ਅਸ ði ਟਾਈਮ ਤੇ ਇੰਡਸਟਰੀ ਦੇ ਵਿੱਚ ਕੰਮ ਚੱਲ ਰਿਹਾ ਹੈ ਤੇ ਆਉਣ ਵਾਲਾ ਕੀ ਭਵਿੱਖ ਹੋਏਗਾ ਗੀਤਕਾਰਾਂ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖੁਸ਼ੀ ਜੀ ਥੈਂਕ ਯੂ ਸੋ ਮੱਚ ਤੁਸੀਂ ਪ੍ਰੋ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦੇ ਰੂਬਰ ਕਰਾਉਣ ਲੱਗੇ ਹਾਂ ਤੁਹਾਡਾ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਕਿ ਤੁਸੀਂ ਅੱਜ ਸਾਡੇ ਵੇੜੇ ਆਏ ਆਪਣਾ ਸਮਾਂ ਕੱਢ ਕੇ ਤੇ ਸਾਨੂੰ ਆਪਣਾ ਅੱਜ ਕੀਮਤੀ ਸਮਾਂ ਦਿੱਤਾ ਸੋ ਜਿਵੇਂ ਕਿ ਬਟਿਸਰ ਨੇ ਸਟਾਰਟਿੰਗ ਤੇ ਕਿਹਾ ਤੁਸੀਂ 1000 ਤੋਂ ਵੱਧ ਗੀਤ ਲਿਖ ਚੁੱਕੇ ਹੋ ਤੇ ਇੱਕ ਚੀਜ਼ ਹੁੰਦੀ ਕਿ ਸਿਰਫ ਲਿਖਣਾ ਤੁਹਾਡੇ ਗੀਤਾਂ ਨੂੰ ਗਾਇਆ ਗਿਆ ਹੈ ਰਿਕਾਰਡ ਕੀਤਾ ਗਿਆ ਹੈ ਲੋਕਾਂ ਦੇ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ ਤੁਹਾਡੇ ਉਹ ਗੀਤ ਜਿਹੜੇ ਨੇ ਤੁਸੀਂ ਆਡੀਅנס ਦੇ ਝੋਲੀ ਤੱਕ ਪਾਏ ਨੇ ਸੋ ਓਵਰঅল ਜਰਨੀ ਨੂੰ ਦੇਖੇ ਤਾਂ ਕਿਵੇਂ ਦੀ ਤੁਹਾਡੀ ਇਹ ਜਰਨੀ ਰਹੀ ਅ ਬਿਲਕੁਲ ਖੁਸ਼ੀ ਜੀ ਤੁਸੀਂ ਜਿੱਦਾਂ ਕਿਹਾ ਗਾਣੇ 1000 ਤੋਂ ਵੀ ਵੱਧ ਲਿਖੇ ਗਏ ਨੇ ਜਿਨ੍ਹਾਂ ਚੋਂ ਤਕਰੀਬਨ 790 790 ਦੇ ਕਰੀਬ ਗਾਣੇ ਜਿਹੜੇ ਰਿਕਾਰਡ ਨੇ ਰਿਕਾਰਡ ਹੋ ਚੁੱਕੇ ਹੋਏ ਨੇ ਤੇ ਤਕਰੀਬਨ 116 17 117 ਹੋਗੇ 117 ਸਿੰਗਰਾਂ ਨੇ ਪੰਜਾਬ ਦੇ ਨੇ ਗਾਏ ਨੇ ਜਿਨ੍ਹਾਂ ਚ ਸਾਰੇ ਜਿਹੜੇ ਪੁਰਾਣੇ ਵੀ ਲੈ ਲੀਏ ਨਵੇਂ ਲੈ ਲੀਏ ਬਹੁਤ ਲੰਬੀ ਲਿਸਟ ਹੈ ਜੀ ਸੋ ਮੈਂ ਕਿਉਂਕਿ ਸ਼ੁਰੂ ਤੋਂ ਲੈ ਕੇ ਜਦੋਂ ਕਾਲਜ ਦੇ ਦਿਨਾਂ ਤੋਂ ਪੜ੍ਹਦੇ ਸੀ ਜਦੋਂ ਜਦੋਂ ਤੋਂ ਸਫ਼ਰ ਸ਼ੁਰੂ ਹੋਇਆ ਤੇ ਮੈਨੂੰ ਬੜਾ ਪਿਆਰ ਮਿਲਿਆ ਦੁਨੀਆਪਾ ਇਸੇ ਕਰਕੇ ਕਿ ਇਹਨਾਂ ਲੰਮਾ ਸਫ਼ਰ ਜਿਹੜਾ ਅੱਜ ਵੀ ਉਸੇ ਤਰ੍ਹਾਂ ਨੰਤਰ ਜਾਰੀ ਹੈ ਜਿੰਨੇ ਪਹਿਲਾਂ ਗਾਣੇ ਸਾਲ ਚ ਰਿਲੀਜ਼ ਹੁੰਦੇ ਅੱਜ ਵੀ ਹੁੰਦੇ ਨੇ ਤੇ ਦੇਸ਼ਾਂ ਵਿਦੇਸ਼ਾਂ ਚ ਇਸ ਕਲਮ ਦੇ ਜਰੀਏ ਜਾਣ ਦਾ ਮੌਕਾ ਮਿਲਿਆ ਤੇ ਬੜਾ ਪਿਆਰ ਮਿਲਿਆ ਦੁਨੀਆ ਚ ਜੀ ਜਦੋਂ ਅਪਾ ਟਿਸਰ ਤੁਸੀਂ ਸਟਾਰਟਿੰਗ ਕੀਤੀ ਗੀਤਾਂ ਨੂੰ ਲਿਖਣ ਦੀ ਤਾਂ ਇੱਕ ਉਹ ਵੇਲਾ ਉਹ ਸਮਾਂ ਤੇ ਜੋ ਅੱਜ ਦੇ ਗੀਤ ਆ ਰਹੇ ਨੇ ਇਸ ਤਰੀਕੇ ਦੇ ਨਾਲ ਜੀ ਬੜਾ ਬਦਲਾ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਲੈਵਲ ਤੇ ਦੇਖਦੇ ਹੋ ਉਹ ਕੀ ਸੋ ਗੀਤਕਾਰੀ ਦਾ ਮਿਆਰ ਡਿੱਗਿਆ ਆ ਜਾਂ ਫਿਰ ਉੱਠਿਆ ਆ ਦੋਨੋਂ ਸਮਾਂ ਜਿਹੜਾ ਚੱਲਦਾ ਨਾ ਖੁਸ਼ੀ ਜੀ ਕਿਸੇ ਵੀ ਲਾਈਨ ਦਾ ਹੋਵੇ ਕਿਸੇ ਵੀ ਕਲਚਰ ਦਾ ਹੋਵੇ ਜਾਂ ਆਪਾਂ ਕਿਸੇ ਵੀ ਕਲਾ ਦਾ ਸਮਾਂ ਹੁੰਦਾ ਉਹ ਬਦਲਦਾ ਰਹਿੰਦਾ ਹੈ ਬਦਲਾ ਸਾਡੀ ਜਿਹੜੀ ਖਾਸ ਕਰਕੇ ਗੀਤਕਾਰੀ ਚ ਕਹੀਏ ਜਾਂ ਸੰਗੀਤ ਦੇ ਖੇਤਰ ਦੇ ਵਿੱਚ ਕਹੀਏ ਬਹੁਤ ਬਦਲਾ ਆਇਆ ਨੇ ਜਿਵੇਂ ਜਦੋਂ ਅਸੀਂ ਸਟਾਰਟ ਕੀਤਾ ਉਦੋਂ ਜਮਾਨਾ ਸੀ ਤਵਿਆਂ ਦਾ ਤਵੇ ਚੱਲਦੇ ਹੁੰਦੇ ਸੀ ਫਿਰ ਅਸੀਂ ਤਵਿਆਂ ਚ ਚਾਬੀ ਭਰਦੇ ਸੀ ਜਦੋਂ ਹੌਲੀ ਹੋ ਜਾਣਾ ਉਹਨੇ ਤਵਿਆਂ ਤੇ ਗਾਣੇ ਸੁਣਦੇ ਹੁੰਦੇ ਸੀ ਉਦੋਂ ਜਦੋਂ ਗੀਤਕਾਰ ਨਹੀਂ ਸੀ ਉਸ ਤੋਂ ਬਾਅਦ ਉਹ ਅਸੀਂ ਦੇਖਿਆ ਆਪਣੇ ਅੱਖੀ ਉਸ ਤੋਂ ਬਾਅਦ ਫਿਰ ਤੁਹਾਡਾ ਆ ਗਿਆ ਕੈਸਟਾਂ ਦਾ ਕਲਚਰ ਆ ਗਿਆ ਕੈਸਟਾਂ ਰੀਲਾਂ ਪਰਵਾ ਕੇ ਲਿਆਉਣੀਆਂ ਰੀਲਾਂ ਤੇ ਲੋਕਾਂ ਨੇ ਗਾਣੇ ਸੁਣਨੇ ਫਿਰ ਸੀਡੀ ਆ ਗਈ ਸੀਡੀ ਦਾ ਜਮਾਨਾ ਵੀ ਦੇਖਿਆ ਫਿਰ ਉਸ ਤੋਂ ਬਾਅਦ ਪਰ ਤੁਹਾਡੇ ਅੱਗੇ ਪੈਨ ਡਰਾਈਵਸ ਆ ਗਈਆਂ ਫਿਰ ਉਹ ਵੀ ਜ਼ਮਾਨਾ ਗਿਆ ਹੁਣ ਡਾਊਨਲੋਡਿੰਗ ਤੇ ਆ ਗਿਆ ਸਿੱਧਾ ਸਿਸਟਮ ਆ ਗਿਆ ਹੁਣ ਆਨਲਾਈਨ ਸਾਰਾ ਨੈਟ ਤੇ ਆ ਗਿਆ ਸੋ ਸਾਰੇ ਜ਼ਮਾਨੇ ਦੇਖੇ ਹਰ ਜ਼ਮਾਨੇ ਦੇ ਵਿੱਚ ਹਰ ਸਮੇਂ ਦੇ ਵਿੱਚ ਗੀਤ ਵੀ ਬਦਲਦੇ ਰਹੇ ਨੇ ਸਮੇਂ ਦੇ ਹਿਸਾਬ ਨਾਲ ਚੱਲਦੇ ਰਹੇ ਨੇ ਜਿੱਦਾਂ ਜਿੱਦਾਂ ਸਮਾਂ ਆਇਆ ਪਹਿਲਾਂ ਕਲੀਆਂ ਹੁੰਦੀਆਂ ਸੀ ਫਿਰ ਡਿਊਟ ਗਾਣੇ ਆ ਗਏ ਤੇ ਫਿਰ ਥੋੜਾ ਜਿਹਾ ਪੌਪ ਟੈਪ ਹੋਰ ਤਰ੍ਹਾਂ ਦੇ ਗਾਣੇ ਆ ਗਏ ਜਿਹੜੇ ਬਾਹਰ ਚੱਲਦੇ ਸੀ ਵਿਦੇਸ਼ਾਂ ਚੱਲਦੇ ਸੀ ਉਹ ਗਾਣੇ ਸ਼ੁਰੂ ਹੋ ਗਏ ਫਿਰ ਦੁਬਾਰਾ ਤੋਂ ਜੁੜਦਾ ਜ਼ਮਾਨਾ ਆ ਗਿਆ ਤੇ ਘੁੰਮ ਕਮਾ ਕੇ ਫਿਰ ਦੁਬਾਰਾ ਲੇਟੈਸਟ ਪਿਛੇ ਦੌਰ ਚੱਲੇ ਆ ਪੰਜ ਸੱਤ 10 ਸਾਲ ਕਾਫੀ ਸਾਰੇ ਜਿਹੜੇ ਹਥਿਆਰਾਂ ਵਾਲੇ ਗਾਣੇ ਜਾਂ ਨਸ਼ਿਆਂ ਵਾਲੇ ਗਾਣੇ ਜਾਂ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਉਹ ਚੱਲੇ ਤੇ ਉਹਨਾਂ ਦਾ ਦੌਰ ਸੀ ਤੇ ਕੁਝ ਸਮੇਂ ਤੋਂ ਹੁਣ ਉਹ ਵੀ ਬੰਦ ਹੋ ਗਿਆ ਪਰ ਹੁਣ ਜਿਹੜਾ ਦੁਬਾਰਾ ਤੋਂ ਦੌਰ ਹੁਣ ਸ਼ੁਰੂ ਹੋਇਆ ਪਿਛਲੇ ਮੈਂ ਲਾਲਮਾ ਵੀ 1.5-2 ਸਾਲ ਚ ਗੀਤਕਾਰੀ ਦਾ ਵੀ ਤੇ ਪੰਜਾਬੀ ਸੰਗੀਤ ਲਈ ਇਹ ਬਹੁਤ ਅੱਛਾ ਸਮਾਂ ਸ਼ੁਰੂ ਹੋਇਆ ਇਸ ਚ ਬਹੁਤ ਅੱਛੇ-ਅੱਛੇ ਗਾਣੇ ਆਏ ਨੇ ਨਵੇਂ ਸਿੰਗਰਾਂ ਨੇ ਬਹੁਤ ਅੱਛੇ ਗਾਏ ਨੇ ਨਵੇਂ ਗੀਤਕਾਰਾਂ ਨੇ ਬਹੁਤ ਅੱਛੇ ਲਿਖੇ ਨੇ ਤੇ ਲੋਕ ਕਾਫੀ ਅਪਰੀਸ਼ੀਏਟ ਵੀ ਕਰਦੇ ਨੇ ਫਿਲਮਾਂ ਦੇ ਵਿੱਚ ਬਹੁਤ ਸਾਰੇ ਗਾਣੇ ਜਿਹੜੇ ਨੇ ਉਹ ਚੱਲਦੇ ਨੇ ਸੋ ਬਦਲਾਅ ਜਿਹੜਾ ਹੈਗਾ ਸਮੇਂ ਨਾਲ ਜ਼ਰੂਰੀ ਵੀ ਹੈ ਕਿ ਜਿੱਦਾਂ ਦਾ ਸਮਾਂ ਹੁੰਦਾ ਰਾਈਟਰ ਨੂੰ ਲਿਖਣਾ ਵੀ ਉਦਾਂ ਦਾ ਪੈਂਦਾ ਕਿਉਂਕਿ ਹਾਲਾਤ ਜਿੱਦਾਂ ਦੇ ਹੁੰਦੇ ਨੇ ਕਲਮ ਉਦਾਂ ਦਾ ਬਿਆਨ ਕਰਦੀ ਹੈ ਜਿੱਦਾਂ ਦੇ ਅਸੀਂ ਹਾਲਾਤ ਤਿੱਖਦੇ ਆ। ਜੀ ਸੋ ਗੀਤਕਾਰੀ ਇਸ ਵੇਲੇ ਜਿਹੜੀ ਹੈਗੀ ਮੈਂ ਕਹਾਂਗਾ ਕਿ ਹੁਣ ਪਿਛਲੇ 1.5-2 ਸਾਲ ਤੋਂ ਦੁਬਾਰਾ ਤੋਂ ਜਿਹੜਾ ਚੁਕਾ ਲੋਕਾਂ ਦਾ ਬੜੇ ਵਧੀਆ ਸੌਫਟ ਗੀਤਾਂਵਲ ਅੱਛੀ ਗੀਤਕਾਰੀ ਮਿਆਰੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਮਿਆਰੀ ਗੀਤਾਂਵਲ ਲੋਕਾਂ ਦਾ ਧਿਆਨ ਦੁਬਾਰਾ ਤੋਂ ਜਾਣ ਲੱਗਿਆ। ਜੀ ਤੁਸੀਂ ਜਿਵੇਂ ਅਸਰ ਗੱਲ ਕੀਤੀ ਕਿ ਹਾਂ ਪਿਛਲਾ ਕੁਝ ਸਮੇਂ ਦੇ ਵਿੱਚ ਬੜੇ ਹਥਿਆਰਾਂ ਨਸ਼ਿਆਂ ਉਹਨਾਂ ਲੈ ਕੇ ਬੜੇ ਗ ਕਈ ਵੰਦੇ ਕੁਝ ਗੀਤਾਂ ਦੇ ਨਾਲ ਦੇ ਨਾਲ ਨਾ ਵਿਵਾਦ ਵੀ ਜੁੜ ਜਾਂਦੇ ਨੇ ਜਦੋਂ ਵਿਵਾਦ ਹੁੰਦਾ ਹੈ ਤਾਂ ਫਿਰ ਗਾਇਕ ਕਹਿੰਦਾ ਜੀ ਜਿਹਨੇ ਲਿਖਿਆ ਉਹਦੀ ਗਲਤੀ ਆ ਜਿਹੜਾ ਲਿਖਣ ਵਾਲਾ ਉਹ ਕਹਿੰਦਾ ਜੀ ਗਾਇਕ ਦੀ ਡਿਮਾਂਡ ਸੀ ਉਹਨੇ ਗਾਇਆ ਕਿਉਂ ਇਹ ਉਹਦੀ ਗਲਤੀ ਆ ਫਿਰ ਉੱਥੇ ਗਲਤ ਕੌਣ ਆ ਨਹੀਂ ਦੇਖੋ ਜੀ ਮੈਂ ਇਹ ਗੱਲ ਤੁਹਾਨੂੰ ਸਪਸ਼ਟੇ ਦੱਸਦਾ ਵੀ ਉੱਥੇ ਗੀਤਕਾਰ ਦੀ ਗਲਤੀ ਹੈ ਕਿਉਂਕਿ ਜਿੱਥੋਂ ਗੀਤ ਪੈਦਾ ਹੁੰਦਾ ਗੀਤਕਾਰ ਤੋਂ ਪੈਦਾ ਹੋਣਾ ਠੀਕ ਹੈ ਜੀ ਅਸੀਂ ਸਾਨੂੰ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੇ ਸਿੰਗਰਾਂ ਨੇ ਸਾਨੂੰ ਵੀ ਬੜੀਆਂ ਆਫਰਾਂ ਆਈਆਂ ਵੱਡੇ ਪੈਸਿਆਂ ਦੀਆਂ ਆਫਰਾਂ ਆਈਆਂ ਇਦਾਂ ਦਾ ਅਸੀਂ ਨਹੀਂ ਲਿਖਿਆ ਅਸੀਂ ਜ਼ਿੰਮੇਵਾਰ ਨਹੀਂ ਠੀਕ ਹੈ ਜੀ ਕਿਉਂਕਿ ਗੀਤਕਾਰ ਉਹ ਜ਼ਮੀਨ ਮੈਂ ਕਹਿੰਨਾ ਕਿ ਜ਼ਮੀਨ ਆ ਜਿਹੜੀ ਗੀਤ ਦਾ ਬੂਟਾ ਪੈਦਾ ਕਰਦੀ ਹੈ ਤੇ ਜੇ ਜ਼ਮੀਨ ਪੈਦਾ ਨਹੀਂ ਕਰੂਗਾ ਤਾਂ ਉਹਨੂੰ ਖਾਊਗਾ ਕੌਣ ਸੋ ਗੀਤਕਾਰ ਦਾ ਸਭ ਤੋਂ ਪਹਿਲਾਂ ਗੀਤਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੋ ਵੀ ਲਿਖੇ ਇਦਾਂ ਦਾ ਹੋਵੇ ਕਿ ਠੀਕ ਐਂਟਰਟੇਨ ਵੀ ਹੋਵੇ ਤੇ ਨਵੀਂ ਪੀੜ੍ਹੀ ਦੇ ਹਿਸਾਬ ਨਾਲ ਜਾਂ ਨਵੇਂ ਯੁੱਗ ਦੇ ਹਿਸਾਬ ਨਾਲ ਹੋਵੇ ਪਰ ਉਹ ਸਮਾਜ ਨੂੰ ਖਰਾਬ ਨਾ ਕਰਦਾ ਹੋਵੇ ਉਹ ਸਮਾਜ ਨੂੰ ਗੰਦਲਾ ਨਾ ਕਰਦਾ ਹੋਵੇ ਗਲਤ ਰਸਤੇ ਨਾ ਪਾਉਂਦਾ ਹੋਵੇ ਤੇ ਇਦਾਂ ਦਾ ਗੀਤ ਹੋਣਾ ਚਾਹੀਦਾ ਸੋ ਗੀਤਕਾਰ ਸਭ ਤੋਂ ਵੱਡੇ ਜ਼ਿੰਮੇਵਾਰ ਹੈ ਤੇ ਦੂਸ ਉਹ ਤੋਂ ਬਾਅਦ ਫਿਰ ਆ ਜਾਂਦਾ ਹੈ ਗਾਇਕ ਜਿਹਨੇ ਪੇਸ਼ ਕੀਤਾ ਜਿਹਨੇ ਗਾਇਆ ਉਹਨੂੰ ਕਿਉਂਕਿ ਦੂਜੀ ਜ਼ਿੰਮੇਵਾਰੀ ਅਗਰ ਉਹ ਕਹੇ ਵੀ ਮੈਂ ਨਹੀਂ ਗਾਉਂਦਾ ਸਕਦਾ ਗੀਤਕਾਰ ਤਾਂ ਫੇ ਕਿਵੇਂ ਜ਼ਬਰਦਸਤੀ ਤਾਂ ਗਾਉਣ ਤੋਂ ਰਿਹਾ ਗੀਤਕਾਰ ਤਾਂ ਸਿੰਗਰ ਦੀ ਮਰਜ਼ੀ ਹੈ ਵੀ ਮੈਂ ਗਾਉਣਾ ਨਹੀਂ ਗਾਉਣਾ ਠੀਕ ਹੈ ਜੀ ਅਗਰ ਸਿੰਗਰ ਚਾਹੇ ਮੈਂ ਨਹੀਂ ਗਾਉਂਦਾ ਇਹ ਤਾਂ ਨਹੀਂ ਗਾਉਂਦੇ ਬਹੁਤ ਸਾਰੇ ਨਹੀਂ ਗਾਉਂਦੇ ਸਤਿੰਦਰ ਸਰਤਾਜ ਤੋਂ ਗਵਾ ਲੋ ਨਹੀਂ ਗਾਉਂਦਾ ਕਰੋੜਾ ਰੁਪਿਆ ਦੇ ਦਿਓ ਕਨਵਰ ਗਰੇਵਾਲੇ ਨੂੰ ਦੇ ਦਿਓ ਨਹੀਂ ਗਾਉਂਦਾ ਠੀਕ ਹੈ ਜੀ ਬਹੁਤ ਸਾਰੇ ਕਲਾਕਾਰ ਨੇ ਕਿੰਨ ਨਹੀਂ ਗਾਉਂਦੇ ਜੀ ਠੀਕ ਹੈ ਜੀ ਉਹਨਾਂ ਨੂੰ ਵੀ ਤਾਂ ਆਫਰਾਂ ਹੋਈਆਂ ਹੋਣਗੀਆਂ ਵੀ ਤੁਸੀਂ ਕੰਪਨੀਆਂ ਦੀਆਂ ਵੀ ਤੁਸੀਂ ਵੀ ਇਦਾਂ ਦੇ ਗਾ ਲਓ ਤੁਸੀਂ ਵੀ ਵੱਡੇ ਹੋਰ ਤੁਹਾਨੂੰ ਜਿਆਦਾ ਤੁਹਾਡੀ ਫਾਲੋਅਰਸ਼ਿਪ ਵੱਧ ਜੂਗੀ ਪਰ ਨਹੀਂ ਗਾਏ ਉਹਨਾਂ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਉਹਨਾਂ ਨੇ ਨਹੀਂ ਗਾਏ ਤੇ ਅੱਜ ਉਹਨਾਂ ਦਾ ਮਕਾਮ ਦੇਖੋ ਕਿੰਨਾ ਵੱਡਾ ਉਹ ਅੱਜ ਵੀ ਉੱਥੇ ਖੜੇ ਨੇ ਸਟੈਂਡ ਕਰਦੇ ਨੇ ਖੜੇ ਨੇ ਇਹ ਜਿਹੜੇ ਦੌਰ ਹੁੰਦੇ ਨੇ ਟ੍ਰੈਂਡ ਹੁੰਦੇ ਨੇ ਇਹ ਆਉਂਦੇ ਨੇ ਪਰ ਇਹ ਚਲੇ ਜਾਂਦੇ ਨੇ ਤੇ ਜਿਹੜੀਆਂ ਉਸਾਰੂ ਵਧੀਆ ਚੀਜ਼ਾਂ ਹੁੰਦੀਆਂ achiyan gallan hundiyan oh sada rehndiyan jivein ਸਾਡੇ ਵਕਤ ਦੀਆਂ ਕਹਾਣੀਆਂ ਅੱਜ ਵੀ ਆਪਾਂ ਸਾਰੇ ਸੁਣਦੇ ਆਂ ਡੀਜੇ ਤੇ ਅਗਰ ਗ ਹੁਣ ਤਾਂ ਤਾਂ ਕੋਈ ਗਾਣਾ ਹੀ ਨਹੀਂ ਵੱਜਦਾ ਡੀਜੇ ਚ ਸਾਰੇ ਪੁਰਾਣੇ ਗਾਣੇ ਤੇ ਨੱਚਦੇ ਸੀ ਸਾਰੇ ਜੀ ਜੀ ਸੋ ਇਹਦੇ ਨਾਲ ਦੇ ਨਾਲ ਦੇਖੇ ਤਾਂ ਐਜ਼ ਅ ਟਾਈਮ ਪਿਕਚਰਸ ਹੋਰ ਬੜੀ ਸਾਨੂੰ ਸਭ ਨੂੰ ਪੱਟੀ ਸਰ ਦੇਖਣ ਨੂੰ ਮਿਲਦੀ ਹੈ ਉਹ ਇਹ ਆ ਕਿ ਬੜੀ ਵੱਡੀ ਚੀਜ਼ ਆਂਦੀ ਜੀ ਮੈਂ ਤਾਂ 2 ਮਿੰਟ ਦੇ ਵਿੱਚ ਗੀਤ ਲਿਖਦਾ 5 ਮਿੰਟ ਦੇ ਵਿੱਚ ਗੀਤ ਲਿਖਦਾ ਕਿ ਗੀਤ ਲਿਖਣਾ ਇੰਨਾ ਆਸਾਨ ਹੈ ਕਿ ਤੁਸੀਂ ਸਿਰਫ 5 ਮਿੰਟ ਦੇ ਵਿੱਚ ਇੱਕ ਗੀਤ ਪੂਰਾ ਲਿਖ ਸਕਦੇ ਹੋ ਨਹੀਂ ਦੇਖੋ ਇਦਾਂ ਖੁਸ਼ ਜੀ ਗੀਤ ਲਿਖਣਾ ਜਿਹੜਾ ਬਹੁਤ ਵੱਡੀ ਕਿ ਸਾਧਨਾ ਹੈ ਇੱਕ ਤਪੱਸਿਆ ਹੁੰਦੀ ਹੈ ਗੀਤਕਾਰ ਬਣਨ ਲਈ ਵੀ ਬਹੁਤ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਆ ਇਹ ਇਤਿਹਾਸ ਕਹਿੰਦਾ ਵੀ ਗੀਤਕਾਰ ਕੌਣ ਬਣਦਾ ਜਾਂ ਕਲਮ ਕਵੀ ਲੇਖਕ ਰਾਈਟਰ ਕੌਣ ਬਣਦਾ ਉਹ ਕਹਿੰਦਾ ਵੀ ਉਹਨੇ ਪਿਛਲੇ ਯੁੱਗ ਚ ਕੋਈ ਤਪੱਸਿਆ ਕਰ ਰਿਆ ਸੀ ਉਹਦੀ ਤਪੱਸਿਆ ਭੰਗ ਹੋ ਗਈ ਫਿਰ ਉਹਨੂੰ ਗੀਤਕਾਰ ਬਣਨਾ ਪੈਂਦਾ ਉਹਦੀ ਜਿਹੜੀ ਉਹ ਤਪੱਸਿਆ ਉਹ ਗੀਤ ਕਲਮ ਦੇ ਰੂਪ ਦੇ ਵਿੱਚ ਉਹ ਸ਼ਬਦਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਦੀ ਹੈ ਸੋ ਐਡਾ ਸੌਖਾ ਕੰਮ ਨਹੀਂ ਗੀਤ ਲਿਖਣਾ ਗੀਤ ਲਿਖਣਾ ਬਹੁਤ ਔਖਾ ਪਰ ਉਹਨੂੰ ਸਟੱਡੀ ਕਰਕੇ ਜਿਹੜੇ ਲੋਕ ਐਕਸਪੀਰੀਅੰਸ ਕਰ ਲੈਂਦੇ ਨੇ ਜਿਵੇਂ ਹੁਣ ਸਾਨੂੰ ਤਜਰਬਾ ਬਹੁਤ ਹੋ ਗਿਆ ਅਸੀਂ ਕਾਫੀ ਟਾਈਮ ਹੋ ਗਿਆ ਲਿਖਦੇ ਆ ਉਹਨੂੰ ਗੀਤ ਦਾ ਖਿਆਲ ਬਣਾਉਣ ਲਈ ਬਹੁਤ ਟਾਈਮ ਲੱਗਦਾ ਜਿਤਨੇ ਬੜਨਾ ਕੀ ਉਹਦਾ ਸਬਜੈਕਟ ਕੀ ਹੈ ਅਗਰ ਅਸੀਂ ਉਦਾਂ ਹੀ ਇਧਰੋਂ ਉਧਰੋਂ ਫੜ ਕੇ ਲਿਖਣਾ ਫਿਰ ਤਾਂ 2 ਮਿੰਟ ਵੀ ਨਹੀਂ ਫਿਰ ਤਾਂ 30 ਸੈਕਿੰਡ ਚ ਲਿਖਿਆ ਜਾ ਸਕਦਾ ਜੇ ਉਹ ਲਾਈਨ ਉਧਰੋਂ ਚੱਕ ਲਈ ਉਧਰੋਂ ਚੱਕ ਲਈ ਜੋ ਮਰਜੀ ਜੇ ਅਸੀਂ ਪ੍ਰੋਪਰ ਕਿਸੇ ਸਬਜੈਕਟ ਨੂੰ ਨਿਭਾਉਣਾ ਹੈ ਪ੍ਰੋਪਰ ਉਹਦੇ ਜੇ ਅਸੀਂ ਕਹਿਣਾ ਕੀ ਚਾਹੁੰਦੇ ਆ ਤੇ ਜਾਂ ਲੋਕ ਸਾ ਤੋਂ ਕੀ ਉਮੀਦ ਰੱਖਦੇ ਨੇ ਕੀ ਸੁਣਨਾ ਚਾਹੁੰਦੇ ਨੇ ਇਹ ਸਮਾਂ ਕੀ ਚਾਹੁੰਦਾ ਸਾ ਤੋਂ ਤੇ ਅਗਰ ਉਹਨੂੰ ਲਿਖਣਾ ਫਿਰ ਉਹਨੂੰ ਟਾਈਮ ਲੱਗਦਾ ਉਹਨੂੰ ਖਿਆਲ ਬਣਾਉਣ ਲਈ ਟਾਈਮ ਲੱਗਦਾ ਤੇ ਇਹ ਲਿਖਣ ਲਈ ਫਿਰ ਇਹ ਹੈ ਕਿ ਜਦੋਂ ਖਿਆਲ ਬਣ ਗਿਆ ਤੇ ਫਿਰ ਉਹ ਰੂਟੀਨ ਦੇ ਵਿੱਚ ਇਹ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾਈ ਹੁੰਦੀ ਹੈ ਜਿਹੜੀ ਉਹਦੇ ਨਾਲ ਫਿਰ ਉਹ ਲਿਖਿਆ ਜਾਂਦਾ ਗੀਤ ਪਰ ਇਹ ਨਹੀਂ ਹੈਗਾ ਕਿ ਮੈਂ ਇੱਥੇ ਜਾਂਦਾ ਜਾਂਦੇ ਜੀ ਮੈਂ ਕਰ ਲਿਆ ਐ ਕਰ ਲਿਆ ਉਹ ਵਿਚਾਰ ਕਰਨਾ ਪੈਂਦਾ ਪੜ੍ਹਨਾ ਵੀ ਪੈਂਦਾ ਸਬਜੈਕਟ ਪੜਨੇ ਪੈਂਦੇ ਨੇ ਜੀ ਅੱਜ ਦੇ ਟਾਈਮ ਤੇ ਇੱਕ ਸਿੰਗਰ ਖੁਦ ਲਿਖ ਰਿਹਾ ਹੈ ਖੁਦ ਕੰਪੋਜ਼ ਕਰ ਰਿਹਾ ਖੁਦ ਮਿਊਜ਼ਿਕ ਦੇ ਰਿਹਾ ਖੁਦ ਡਾਇਰੈਕਟ ਵੀ ਕੀਤਾ ਜਾ ਰਿਹਾ ਖੁਦ ਪ੍ਰੋਡਿਊਸ ਵੀ ਕੀਤਾ ਜਾ ਰਿਹਾ ਬਟ ਇੱਥੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਤੁਹਾਨੂੰ ਕੀ ਲੱਗਦਾ ਗੀਤਕਾਰਾਂ ਦਾ ਸਾਡੇ ਇੰਡਸਟਰੀ ਦੇ ਵਿੱਚ ਆਉਣ ਵਾਲਾ ਫਿਊਚਰ ਕੀ ਆ ਕੀ ਭਵਿੱਖ ਹੋਏਗਾ ਇਹਨਾਂ ਦਾ ਜੀ ਜੀ ਬਿਲਕੁਲ ਖੁਸ਼ੀ ਜੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਇਹਦੇ ਚ ਇਹ ਹੈਗਾ ਕਈ ਵਾਰ ਨਾ ਮੈਂ ਇਸ ਗੱਲ ਨੂੰ ਇਦਾਂ ਵੀ ਲੈਣਾ ਮੈਂ ਭਈ ਗੀਤਕਾਰਾਂ ਨਾਲ ਕਈ ਵਾਰ ਤੱਕਾ ਵੀ ਹੋ ਜਾਂਦਾ ਨਵੇਂ ਰਾਈਟਰ ਅੱਛਾ ਲਿਖਦੇ ਨੇ ਮਤਲਬ ਉਹਨੇ ਗੀਤ ਲਿਖ ਲਿਆ ਕਿਸੇ ਸਿੰਗਰ ਕੋ ਗਿਆ ਜਾ ਉਹਨੇ ਜਵਾਬ ਦਿੱਤਾ ਜਾ ਉਹਦਾ ਦਿਲ ਟੁੱਟ ਗਿਆ ਉਹ ਸੋਚਦਾ ਵੀ ਯਾਰ ਮੈਂ ਲਿਖਿਆ ਕਿਉਂਕਿ ਜਦੋਂ ਗੀਤ ਲਿਖਿਆ ਜਾਂਦਾ ਕੰਪੋਜ਼ ਪਹਿਲਾਂ ਹੁੰਦਾ ਹੈ ਕੰਪੋਜੀਸ਼ਨ ਪਹਿਲਾਂ ਬਣ ਜਾਂਦੀ ਹੈ ਤੇ ਸਿੰਗਰ ਸੋਚਦਾ ਵੀ ਯਾਰ ਹਜ਼ਾਰਾਂ ਲੋਕ ਉਹ ਵੀ ਤਾਂ ਗਾਈ ਜਾਂਦੇ ਨੇ ਕੋਈ ਮਤਲਬ ਬਿਨਾ ਸੁਰ ਤਾਲ ਤੋਂ ਗਾਈ ਜਾਂਦੇ ਨੇ ਮੈਂ ਲਿਖਿਆ ਤੇ ਮੈਂ ਕੰਪੋਜ਼ ਕੀਤਾ ਵੀ ਜੇ ਉਹਨੇ ਹੁਣ ਨਹੀਂ ਗਾਇਆ ਮੇਰੀ ਚੀਜ਼ ਅੱਗੇ ਨਹੀਂ ਆਉਣੀ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਗਾਲਾਂ ਮੈਂ ਨੂੰ ਇਸ ਤਰੀਕੇ ਬਿਲਣਾ ਚਲੋ ਇੱਕ ਅੱਛੀ ਗੱਲ ਵੀ ਆ ਕਿ ਉਹ ਜੇ ਅੱਛਾ ਕਰ ਲੈਂਦੇ ਨੇ ਅੱਛਾ ਲਿਖ ਲੈਂਦੇ ਨੇ ਅੱਛਾ ਗਾ ਲੈਂਦੇ ਨੇ ਤੇ ਬਹੁਤ ਸਾਰੇ ਸਾਡੀ ਇੰਡਸਟਰੀ ਦੇ ਆਪਾਂ ਕਹਿ ਲਈਏ ਜਿਵੇਂ ਗੁਰਦਾਸ ਮਾਨ ਸਾਹਿਬ ਦਾ ਨਾਮ ਲਈਏ ਤੇ ਉਹ ਲਿਖਦੇ ਗਾਉਂਦੇ ਆਪੀ ਸਾਰਾ ਜੋ ਮਰਜ਼ੀ ਕਰ ਲੈਣ ਪਰਵਾਹ ਨਾ ਤੇ ਚਮਕੀਲਾ ਜੀ ਹੋਏ ਨੇ ਉਹਨਾਂ ਨੇ ਆਪ ਲਿਖਿਆ ਆਪੇ ਗਾਇਆ ਆਪੇ ਪਰਵਾ ਪਰ ਅਸੀਂ ਇਹ ਨਹੀਂ ਹੈਗਾ ਕਿ ਦੇਖਾ ਦੇਖੀ ਉਹਨੇ ਵੀ ਲਿਖਿਆ ਉਹਨੇ ਗਾਇਆ ਤੇ ਮੈਂ ਵੀ ਗਾਲਾਂ ਮੈਂ ਇਦਾਂ ਇਦਾਂ ਪ੍ਰਵਾਨ ਨਹੀਂ ਹੁੰਦਾ ਕੁਝ ਲੋਕ ਹੈਗੇ ਨੇ ਜਿਹੜੇ ਲਿਖ ਕੇ ਵਧੀਆ ਲਿਖਦੇ ਨੇ ਵਧੀਆ ਗਾ ਵੀ ਲੈਂਦੇ ਨੇ ਤੇ ਉਹਨਾਂ ਚ ਜਿਹਨੂੰ ਕਹ ਲਈਏ ਕੁਝ ਸਖਸੀਅਤਾਂ ਮਲਟੀ ਟੈਲੈਂਟਡ ਹੁੰਦੀਆਂ ਪਰਮਾਤਮਾ ਵੱਲੋਂ ਬਖਸ਼ ਹੁੰਦੀਆਂ ਉਹਨਾਂ ਨੂੰ ਉਹ ਕੁਝ ਵੀ ਕਰੀ ਜਾਣ ਉਹਦਾ ਪ੍ਰਵਾਨ ਹੁੰਦਾ ਪਰ ਸਾਰੀ ਦੁਨੀਆ ਨਹੀਂ ਇਦਾਂ ਕਰ ਸਕਦੀ ਮੈਂ ਤਾਂ ਇਹੀ ਕਹਾਗਾ ਵੀ ਗੀਤਕਾਰੀ ਜਿਹੜੀ ਹੈ ਬਹੁਤ ਤਪਸੀ ਵਾਲੀ ਚੀਜ਼ ਹੈ ਇਹਨੂੰ ਸਿੱਖ ਕੇ ਪੜ੍ਹ ਕੇ ਫੇਰ ਤੁਸੀਂ ਅੱਗੇ ਵਧਣਾ ਚਾਹੁੰਦੇ ਜੇ ਮੈਂ ਆਪਣੀ ਗੱਲ ਕਰਾਂ ਤੁਸੀਂ ਮੈਨੂੰ ਅਗਰ ਇਹ ਸਵਾਲ ਕਰੋ ਤਾਂ ਮੈਂ ਇਹ ਕਹਾਂਗਾ ਕਿ ਮੈਨੂੰ 25 ਸਾਲ ਦੇ ਫੀਲਡ ਤਜਰਬੇ ਤੋਂ ਬਾਅਦ ਮੈਨੂੰ ਹੁਣ ਲਿਖਣਾ ਸਿੱਖ ਗਿਆ ਮੈਂ ਹਲੇ ਲਿਖਣਾ ਆਇਆ ਨਹੀਂ ਹਲੇ ਮੈਂ ਲਿਖਣਾ ਸਿੱਖ ਗਿਆ ਹਲੇ ਮੈਂ ਬਹੁਤ ਕੁਝ ਲਿਖਣਾ ਜੀ ਤੇ ਮਤਲਬ ਏਡੀ ਵੱਡਾ ਇੱਕ ਇੱਕ ਤਪੱਸਿਆ ਹੈਗੀ ਹੈ ਇਹ ਗੀਤਕਾਰੀ ਹਾਂ ਜੀ ਸੌਰੀ ਮਾਫ ਕਰਮ ਤੁਹਾਨੂੰ ਕਾਟਰੀ ਤੁਹਾਡੇ ਨਹੀਂ ਕਦੀ ਪਰ ਟਿਸਰ ਖਿਆਲ ਆ ਜਾ ਕਦੀ ਕਿਸੇ ਨੇ ਕਿਹਾ ਕਿ ਐਨੇ ਗੀਤ ਲਿਖ ਰਿਹਾ ਗਾ ਵੀ ਦੋ ਜੀ ਬਿਲਕੁਲ ਬਿਲਕੁਲ ਹੁੰਦਾ ਜੀ ਮੈਂ ਵੈਸੇ ਕਈ ਵਾਰ ਉਦਾਂ ਬੈਕ ਦੇ ਉੱਤੇ ਅਸੀਂ ਗੱਲਾਂ ਨੇ ਪਰ ਮੈਨੂੰ ਇਹ ਲੱਗਦਾ ਕਿ ਕਿਉਂਕਿ ਮੈਂ ਹਲੇ ਗੀਤਕਾਰ ਹੀ ਨਹੀਂ ਬਣਿਆ ਮੈਂ ਉਹ ਲਿਖਿਆ ਹੀ ਨਹੀਂ ਜੋ ਮੈਂ ਲਿਖਣਾ ਚਾਹੁੰਦਾ ਜੋ ਮੇਰੇ ਅੰਦਰ ਹੈ ਜਾਂ ਜੋ ਮੈਂ ਸਿੱਖਿਆ ਜੋ ਮੈਂ ਪੜ੍ਹਿਆ ਕਿਤਾਬਾਂ ਚ ਮੈਂ ਹਲੇ ਉਹ ਲਿਖ ਨਹੀਂ ਪਾਇਆ ਮੈਂ ਉਹ ਤਾਂ ਬਹੁਤ ਦੂਰ ਆ ਹਲੇ ਬਹੁਤ ਪਿੱਛੇ ਜਦੋਂ ਉਸ ਮਕਾਮ ਤੇ ਪਹੁੰਚਾਂਗੇ ਉਦੋਂ ਆਪਣੇ ਆਪ ਨੂੰ ਗੀਤਕਾਰ ਸਮਝਾਂਗੇ ਤੇ ਉਦੋਂ ਫਿਰ ਕੋਸ਼ਿਸ਼ ਕਰਾਂਗੇ ਲੋਗ ਉਹਨ ਪਹੁੰਚ ਕਰਨਾ ਉਹਨੂੰ ਆਪਣਾ ਗੀਤ ਦੇਣਾ ਜੀ ਪਹਿਲੇ ਵਾਲੇ ਟਾਈਮ ਵਿੱਚ ਔਖਾ ਸੀ ਜਾਂ ਹੁਣ ਸਮਝੋ ਕਿ ਹੁਣ ਅਪਰੋਚ ਕਰਨਾ ਜ਼ਿਆਦਾ ਔਖਾ ਨਹੀਂ ਬਿਲਕੁਲ ਜੀ ਪਹਿਲਾਂ ਤਾਂ ਸਮੇਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਮੀਡੀਆ ਨਹੀਂ ਸੀ ਹੁੰਦਾ ਕੋਈ ਟੈਲੀਫੋਨ ਨਹੀਂ ਸੀ ਹੁੰਦੇ ਤੇ ਜਾ ਕੇ ਕਿਸੇ ਨੂੰ ਮਿਲਣਾ ਦੂਰ ਅੱਛਾ ਟਰਾਂਸਪੋਰਟੇਸ਼ਨ ਵੀ ਨਹੀਂ ਸੀ ਹੁੰਦਾ ਪਿੰਡਾਂ ਪੁੰਡਾਂ ਨੂੰ ਬੱਸਾਂ ਵੀ ਕੋਈ ਕੋਈ ਕਿਤੇ ਜਾਣੀ ਕਿਤੇ ਨਾ ਜਾਣੀ ਤਾਂ ਉਹ ਜਿਹੜਾ ਉਦੋਂ ਅਪਰੋਚ ਕਰਨਾ ਬਹੁਤ ਜ਼ਿਆਦਾ ਔਖਾ ਸੀ ਫਿਰ ਤੁਹਾਨੂੰ ਇੱਕ ਵਾਰ ਦਫ਼ਤਰ 'ਚ ਕਲਾਕਾਰ ਮਿਲ ਗਿਆ ਤੇ ਮੁੜ ਕੇ ਤਾਂ ਫਿਰ ਪਤਾ ਨਹੀਂ ਕਦੋਂ ਮਿਲਣਾ ਉਹਨੇ ਦੁਬਾਰਾ ਕਦੋਂ ਤੁਸੀਂ ਕਿੰਨੀ ਵਾਰ ਜਾਈ ਜਾਓਗੇ ਤੇ ਬੜਾ ਔਖਾ ਸੀ ਅਸੀਂ ਜਦੋਂ ਲੁਧਿਆਣੇ ਹੁੰਦਾ ਸੀ ਆਰਟਿਸਟਾਂ ਦਾ ਘੜ ਅਸੀਂ ਉੱਥੇ ਜਾਂਦੇ ਰਹੇ ਹਾਂ ਤਾਂ ਉੱਥੇ ਇਦਾਂ ਹੀ ਸੀ ਤੇ ਉੱਥੇ ਇੱਕ ਵਾਰ ਚਲੇ ਗਏ ਤੇ ਮੁੜ ਕੇ ਪਤਾ ਨਹੀਂ 6-6 ਮਹੀਨੇ ਬਾਅਦ ਕਦੋਂ ਮੁਲਾਕਾਤ ਹੋਣੀ ਹੈ ਹੁਣ ਤਾਂ ਇਹ ਆ ਵੀ ਤੁਸੀਂ WhatsApp ਤੇ ਭੇਜੋ 1 ਮਿੰਟ ਬਾਅਦ ਕਾਲ ਆ ਜਾਂਦੀ ਹੈ ਜੇ ਚੰਗਾ ਲੱਗਿਆ ਭੇਜ ਦਿਓ ਜੇ ਨਹੀਂ ਲੱਗਿਆ ਤਾਂ ਦੁਬਾਰਾ ਪੁੱਛ ਲਓ ਅਗਲਾ ਸੌਰੀ ਕਹਿ ਦੂਗਾ ਹੁਣ ਤਾਂ ਮਤਲਬ ਕਮਿਊਨੀਕੇਸ਼ਨ ਤੇਜ ਹੋ ਗਈ ਟੈਕਨੋਲੋਜੀ ਚੇਂਜ ਹੋ ਗਈ ਸਮਾਂ ਜਿਹੜਾ ਬਹੁਤ ਫਾਸਟ ਹੋ ਗਿਆ ਤਰੱਕੀ ਹੋ ਗਈ ਗਾਣੇ ਭੇਜਣੇ ਵਾਪਸ ਆਉਣੇ ਕਿਸੇ ਤੋਂ ਪੁੱਛਣਾ ਕਰਨਾ ਈਜ਼ੀ ਹੋ ਗਿਆ ਹੁਣ ਜੀ ਸੋ ਤੁਹਾਡੇ ਗੀਤਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਨੇ ਕਿ ਜਿਹਾ ਕੋਈ ਨਾਮੀ ਕਲਾਕਾਰ ਹੋਏਗਾ ਜਿਨੇ ਨਾ ਗਾਇਆ ਹੋਵੇ ਕੁਲਦੀਪ ਮਾਨਕ ਜੀ ਦੀ ਗੱਲ ਕਰੀਏ ਸਰ ਜੀ ਦੀ ਗੱਲ ਕਰੀਏ ਸੁਖਿੰਦਰ ਸਿੰਧਾ ਜੀ ਦੀ ਗੱਲ ਕਰੀਏ ਤੋਂ ਇਲਾਵਾ ਬਿਲਕੁਲ ਬੜੀ ਲੰਬੀ ਲਿਸਟ ਹੋਏਗੀ ਇਸ ਚੀਜ਼ ਦੇ ਵਿੱਚ ਕਿ ਹਰ ਇੱਕ ਨੇ ਜਿਹੜਾ ਹੈ ਤੁਹਾਡੇ ਗੀਤਾਂ ਨੂੰ ਗਾਇਆ ਪਰ ਮੈਂ ਅੱਜ ਜਾਣਨਾ ਚਾਹਾਂਗੇ ਕੁਲਦੀਪ ਮਾਨਕ ਜੀ ਦੇ ਤੱਕ ਜਾਣਾ ਕਿਉਂਕਿ ਇੱਕ ਉਹ ਗੀਤ ਜੋ ਤੁਸੀਂ ਉਹਨਾਂ ਦੇ ਲਈ ਲਿਖਿਆ ਘੁੰਮ ਘੁਮਾ ਕੇ ਇੱਕ ਲੰਬੇ ਸਮੇਂ ਤੱਕ ਉਹਨਾਂ ਦੇ ਤੱਕ ਪਹੁੰਚਿਆ ਬਿਲਕੁਲ ਬਿਲਕੁਲ ਜੀ ਬੜੀ ਮੈਂ ਉਹਨਾਂ ਦਿਨਾਂ 'ਚ ਜਾਂਦਾ ਸੀ ਲੁਧਿਆਣੇ ਕਿਉਂਕਿ ਉਹਨਾਂ ਦਾ ਆਫਿਸ ਉਦੋਂ ਸਾਰੇ ਕਲਾਕਾਰਾਂ ਦੇ ਆਫਿਸ ਲੁਧਿਆਣੇ ਹੁੰਦੇ ਸੀ ਸੋ ਮੈਂ ਨਮਾ ਨਮਾ ਜਦੋਂ ਲਿਖਣ ਲੱਗਿਆ ਤੇ ਉਦੋਂ ਮੈਂ ਗਿਆ ਉੱਥੇ ਆਫਿਸ ਮਾਨਕ ਸਾਹਿਬ ਦੇ ਤੇ ਗਾਣੇ ਜਿੱਦਾਂ ਮੈਨੂੰ ਪਤਾ ਸੀ ਵੀ ਆ ਰਾਈਟਰ ਨੂੰ ਪਤਾ ਹੁੰਦਾ ਕਿ ਆ ਜਿਹੜਾ ਗਾਣਾ ਹੈਗੇ ਦੀ ਆ ਕੰਪੋਜ਼ ਬਣਦੀ ਹੈ ਦੀ ਇਹ ਬਹਿਰ ਬਣਦੀ ਇਹਨੂੰ ਫਲਾਣਾ ਸਿੰਗਰ ਗਾ ਸਕਦਾ ਜਾਂ ਇੱਕ ਪਿਕਚਰ ਤੁਹਾਡੇ ਮਨ 'ਚ ਹੁੰਦੀ ਹੈ ਮੈਂ ਫਲਾਣੀ ਸਿੰਗਰ ਲਈ ਲਿਖਣਾ ਸਪੈਸ਼ ਤੇ ਉਹ ਜਦੋਂ ਮੈਂ ਗਾਣਾ ਲਿਖਿਆ ਤਾਂ ਮੈਨੂੰ ਲੱਗਿਆ ਮਾਨਕ ਸਾਹਿਬ ਨੂੰ ਇਹ ਗਾਣੇ ਦੇਣੇ ਚਾਹੀਦੇ ਨੇ ਤੇ ਮੈਂ ਚਲਾ ਗਿਆ ਦਫ਼ਤਰ ਜਾ ਕੇ ਉਹਨਾਂ ਨੂੰ ਮੈਂ ਸੁਣਾ ਕੁਝ ਬਾਈ ਚਾਂਸ ਲੱਕ ਹੁੰਦਾ ਜਿਵੇਂ ਵੀ ਤੁਹਾਨੂੰ ਮਿਲ ਗਏ ਕਿਉਂਕਿ ਉਸ ਜਮਾਨੇ 'ਚ ਮਾਨਕ ਸਾਹਿਬ ਦਾ ਬਹੁਤ ਵੱਡਾ ਮਤਲਬ ਉਹਨੂੰ ਤਾਂ 1 ਮਿੰਟ ਦਾ ਵੀ ਟਾਈਮ ਨਹੀਂ ਸੀ ਤੁਹਾਨੂੰ ਪਤਾ ਇੰਨੇ ਮੈਨ ਲੋ ਸ਼ੋ ਉਹਨਾਂ ਦੇ ਇੰਨੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਤੇ ਬਾਈ ਚਾਂਸ ਮਿਲ ਗਏ ਚਲੋ ਮੈਂ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਸੁਣ ਵੀ ਲਿਆ ਸੁਣ ਕੇ ਉਹਨੂੰ ਇਹ ਵੀ ਕਹਿ ਤਾ ਬਹੁਤ ਅੱਛਾ ਕੋਈ ਨਹੀਂ ਰੱਖ ਦੋ ਤੁਸੀਂ ਜਦੋਂ ਨੈਕਸਟ ਟਾਈਮ ਆਉਂਗੇ ਪੁੱਛ ਲਿਓ ਵੀ ਕੀ ਬਣਿਆ ਹੁਣ ਕਿਉਂਕਿ ਫ ਤੇ ਉਹ ਫਿਰ ਕਈ ਵਾਰ ਜਾਂਦੇ ਆਉਂਦੇ ਵੀ ਰਹੇ ਨਹੀਂ ਗੱਲ ਬਣੀ ਹੈਗੀ ਤੇ ਕੁਦਰਤੀ ਇਹ ਸਮਾਂ ਲੰਘਦੇ 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 ਮੇਰੇ ਗਾਣੇ ਹਿੱਟ ਹੋ ਗਏ ਉਦੋਂ ਸਰਬਜੀ ਚੀਮਾ ਦਾ ਮੇਲਾ ਵੇਖਦੀ ਮਟਿਆਰੇ ਮੇਲਾ ਤੈਨੂੰ ਵੇਖਦਾ ਤੇ ਫਿਰ ਦੁਰਗਨਗੀਲਾ ਦਾ ਰੱਬ ਵਰਗਾ ਸੀ ਤਰਾ ਯਾਰ ਬੰਦੇ ਸਾਰੇ ਫਿਰ ਯਾਦਾਂ ਤੇਰੀਆਂ ਤੇ ਬਹੁਤ سارے ਗਾਣੇ ਮਤਲਬ ਫਿਰ ਲਗਾਤਾਰ ਹਿੱਟ ਹੋ ਗਏ ਮੇਰਾ ਨਾਮ ਬਣ ਗਿਆ ਭੱਟੀਪੜੀ ਵਾਲਾ ਜਸਵਿੰਦਰ ਭੱਟੀ ਤੋਂ ਭੱਟੀਪੜੀ ਵਾਲਾ ਬਣ ਗਿਆ ਤੇ ਫਿਰ ਕੁਦਰਤੀ ਕੀਕੀਤਾ ਕੰਪਨੀ ਰਾਜਾ ਐਂਟਰਟੇਨਰ ਮਨਿੰਦਰ ਗਿੱਲ ਭਾਜੀ ਨੇ ਸਾਡੇ ਕੈਨੇਡਾ ਤੋਂ ਬਹੁਤ ਵੱਡੇ ਪ੍ਰੋਮੋਟਰ ਨੇ ਉਹਨਾਂ ਨੇ ਰਿਕਾਰਡ ਕਰਨਾ ਸੀ ਮੈਨੂੰ ਉਹਨਾਂ ਦਾ ਬਾਹਰੋਂ ਫੋਨ ਆਇਆ ਵੀ ਮੈਂ ਆ ਰਿਹਾ ਹਾਂ ਇੰਡੀਆ ਤੇ ਆਪਾਂ ਨੇ ਮਾਨਕ ਸਾਬ ਨੂੰ ਰਿਕਾਰਡ ਕਰਨਾ ਤੇ ਗਾਣੇ ਚਾਹੀਦੇ ਨੇ ਤੇ ਮੇਰੇ ਫਿਰ ਇੱਕਦਮ ਸਟ੍ਰਾਈਕ ਕੀਤਾ ਮਾਂਚ ਵੀ ਹਾਂ ਗਾਣੇ ਤਾਂ ਉਹ ਹੈਗੇ ਨੇ ਜਿਹੜੇ ਮੈਂ ਉਹਨਾਂ ਨੂੰ ਦੇ ਕੇ ਆਇਆ ਸੀ ਐਨੇ ਸਾਲ ਹੋ ਗਏ 9 ਸਾਲ 9 ਸਾਲ ਬੀਤ ਗਏ ਸੀ ਉਹਦੇ 9 ਸਾਲ ਵੱਧ ਹੀ ਮੈਂ ਗਲਤ ਦੱਸ ਰਿਹਾ ਤੇ ਮੈਨੂੰ ਯਾਦ ਆਇਆ ਕਿ ਮਾਨਕ ਸਾਬ ਕੋ ਗਾਣੇ ਤਾਂ ਪਏ ਨੇ ਮੈਂ ਕਿਹਾ ਜੀ ਕੋਈ ਨਹੀਂ ਹੈਗੇ ਨੇ ਗਾਣੇ ਮੈਂ ਉਹਨਾਂ ਨੂੰ ਜਦੋਂ ਸੁਣਾਇਆ ਉਹ ਕਹਿੰਦੇ ਓਕੇ ਯਾਰ ਇਹ ਇਹੀ ਕਰਦੇ ਹਾਂ ਉਹਨਾਂ ਤੋਂ ਉਹਨਾਂ ਮਾਨਕ ਸਾਬ ਨੂੰ ਬੁਲਾ ਲਿਆ ਜਦੋਂ ਫਿਰ ਗਾਣੇ ਮ ਮੈਂ ਕبھی ਉਸਤਾਦ ਜੀ ਮੈਂ ਤੁਹਾਡੇ ਕੋ ਆਇਆ ਸੀ ਤੇ ਆਫਿਸ ਤੇ ਇਹ 9 ਸਾਲ ਪਹਿਲਾਂ ਮੈਂ ਤੁਹਾਨੂੰ ਦੇਖ ਕੇ ਗਿਆ ਸੀ ਤਕਰੀਬਨ 9 ਸਾਲ ਹੋ ਗਏ ਨਗਾਣਿਆਂ ਨੂੰ ਤੇ ਕਹਿੰਦਾ ਯਾਰ ਮੇਰੇ ਨਿਗਾਹ ਨਹੀਂ ਛੜੇ ਕੋਈ ਮੈਂ ਕਿਤੇ ਪਤਾ ਨਹੀਂ ਰੱਖ ਕੇ ਜਿ ਚਲੋ ਹੁੰਦਾ ਹੈ ਨਾ 스타 ਲੋਗ ਨੇ ਵੱਡੇ ਤੇ ਬਹੁਤ ਅੱਛੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਵੇ ਗਾਣੇ ਨੇ ਪਰ ਮੈਂ ਫਿਰ ਮਾਰਕ ਸਾਬ ਨੂੰ ਕਹੇ ਵੀ ਉਸਤਾਦ ਜੀ ਇਹ ਗਾਣੇ ਅਸਲ 'ਚ ਹੋਣ ਤਾਂ ਜ਼ਿਆਦਾ ਵਧੀਆ ਲੱਗੇ ਕਿਉਂਕਿ ਮੇਰਾ ਨਾਮ ਪੱਟੀ ਪੜੀ ਵਾਲਾ ਬਣ ਗਿਆ ਜੀ ਇਹ ਗਾਣਿਆਂ ਦਾ ਰੁਤਬਾ ਵੱਡਾ ਹੋ ਗਿਆ ਉਦੋਂ ਮੈਂ ਇੱਕ ਆਮ ਮੁੰਡਾ ਸੀ ਨਵਾਂ ਲਖਾਰੀ ਸੀ ਵੀ ਸ਼ਾਇਦ ਤਾਂ ਤੁਸੀਂ ਕਿਉਂਕਿ ਤੁਸੀਂ ਬਹੁਤ ਵੱਡੇ ਸਤਾਰ ਹੋ ਦਾ ਤੁਹਾਡੇ ਧਿਆਨ ਚ ਨਹੀਂ ਗਿਆ ਪਰ ਉਹ ਗਾਣੇ 9 ਸਾਲ ਬਾਅਦ ਰਿਕਾਰਡ ਹੋਏ ਮਾਨਕ ਸਾਹਿਬ ਨੇ ਦਿਲ ਮਿਲਿਆਂ ਦੇ ਮੇਲੇ ਕਰ ਲੈ ਪਿਆਰ ਕੁੜੇ ਰੰਗ ਬਕਰੇ ਇਸ਼ਕੇ ਦੇ ਚੱਲਦਾ ਨਿਤ ਨਵੀਆਂ ਹੀ ਚਾਲਾਂ ਸਾਜਸ ਵੀ ਆਪ ਰਚੇ ਕੌਤਕ ਕਰਕੇ ਕਰੇ ਕਮਾਲਾਂ ਇਹ ਇਸ਼ਕ ਵਿਛੜਿਆਂ ਦੇ ਗਲ ਵਿੱਚ ਹਾਰ ਗਮਾਂ ਦੇ ਪਾਉਂਦਾ ਇਹ ਚਾਲ ਬਾਜ਼ੇ ਚੰਦਰਾ ਲੋਕੋ ਕੀ ਕੀ ਰੰਗ ਦਿਖਾਉਂਦਾ ਬਹੁਤ ਅੱਛੇ ਗਾਣੇ ਸੀ ਮਾਨਕ ਸਾਹਿਬ ਨੇ ਗਾਏ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੀ ਸੋ ਅੱਜ ਤੇ ਹੁਣ ਟਾਈਮ ਦੀ ਦੇਖਦੇ ਆ ਤਾਂ ਪਟਿਸਰ ਤੁਹਾਨੂੰ ਕੌਣ ਲੱਗਦਾ ਸਭ ਤੋਂ ਵਧੀਆ ਅੱਜ ਦੇ ਨੌਜਵਾਨਾਂ ਦੇ ਵਿੱਚੋਂ ਕੌਣ ਅਜੇ ਸਭ ਤੋਂ ਅੱਛੇ ਗਾਣੇ ਲਿਖ ਰਿਹਾ ਹੈ ਕਿ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਸੈਟੀਸਫਾਈ ਹੋ ਜਾਂ ਤੁਹਾਨੂੰ ਅੱਛਾ ਲੱਗਦਾ ਕਿਸੇ ਦੋਦੇ ਗਾਣੇ ਸੁਣਨਾ ਦੇਖਣਾ ਕਿ ਅੱਛਾ ਲਿਖ ਰਿਹਾ ਉਹ ਬੰਦਾ ਨਹੀਂ کافی ਨਵੇਂ ਜਿਹੜੇ ਮੁੰਡੇ ਨੇ ਬਹੁਤ ਅੱਛਾ ਲਿਖਦੇ ਨੇ ਜਿਨ੍ਹਾਂ ਚੋਂ ਮੈਂ ਜੇ ਕਹਾਂ ਬਈ کافی ਕੁਝ ਸਮਝਦਾਰ ਹੈ ਜਾਂ کافی ਕੁਝ ਅੱਛਾ ਸੋਚ ਕੇ ਲਿਖਦਾ ਹੈ ਪੀਰਾਈ ਕੋਟੀ ਉਹਨੂੰ ਮੈਂ ਮਤਲਬ ਸਮਝਦਾ ਵੀ ਉਹਨੂੰ ਸਾਰੀ ਸੂਝ ਹੈ ਹਰ ਸਬਜੈਕਟ ਦੀ ਸੂਝ ਹੈ ਜੋ ਲਿਖੇਗਾ ਉਹ ਪੂਰਾ ਉਹਨੂੰ ਨਿਭਾਉਂਦਾ ਤੇ ਹੋਰ ਵੀ ਨਵੇਂ ਮੁੰਡੇ کافی ਜਿਆਦਾ ਵਧੀਆ ਗਾਣੇ ਜਿਹੜੇ ਲਿਖਦੇ ਨੇ ਬਹੁਤ ਸਾਰੇ ਗਾਣੇ ਆਪਾਂ ਫਿਲਮਾਂ ਤੇ ਮੈਨੂੰ ਹੈਪੀ ਰਾਈ ਕੋਟੀ ਮੈਨੂੰ ਲੱਗਦਾ ਕਿ ਉਹ ਪਰਫੈਕਟ ਹੈ ਜੀ ਸੋ ਇੱਥੇ ਮੈਂ ਸਿੱਧੂ ਮੂਸੇਵਾਲੇ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ ਅੱਜ ਜੋ ਸਾਡੇ ਵਿੱਚ ਨਹੀਂ ਆ ਇੱਕ ਬੜਾ ਵੱਡਾ ਕਾਟਾ ਹਮੇਸ਼ਾ ਜ਼ਿਕਰ ਹੁੰਦਾ ਉਹਨਾਂ ਦਾ ਸੋ ਉਹਨਾਂ ਦੇ ਜੋ ਗੀਤ ਲਿਖੇ ਜਾਂਦੇ ਸੀ ਕੁਝ ਲੋਕਾਂ ਨੇ ਬੜੀ ਰੱਜ ਕੇ ਤਾਰੀਫ਼ ਕੀਤੀ ਕੁਝ ਉਸ ਟਾਈਮ ਤੇ ਨਹੀਂ ਸਿਕਾਰੇ ਪਰ ਅੱਜ ਜਿਹੜਾ ਜਿਨੇ ਨਹੀਂ ਵੀ ਸੁਨੇ ਗਾਣੇ ਉਹ ਵੀ ਕਹਿੰਦਾ ਕਿ ਹਾਂ ਅਸੀਂ ਸੁਣਦੇ ਹਾਂ ਤਾਂ ਇੱਕ ਇੱਕ ਲਫ਼ਜ਼ ਇੱਕ ਇੱਕ ਜੋ ਲਹਿਜਾ ਆ ਉਹਦਾ ਬੜਾ ਵੱਡਾ ਇੱਕ ਮੀਨਿੰਗ ਨਿਕਲਦਾ ਆ ਤੁਸੀਂ ਵੀ ਸਰ ਉਹਨਾਂ ਦੇ ਗਾਣੇ ਸੁਣਦੇ ਸੀ ਦੇਖਦੇ ਸੀ ਦੇਖੋ ਜੀ ਪਹਿਲਾਂ ਮੈਂ ਸ਼ੁਰੂ ਚ ਨਹੀਂ ਮੈਂ ਸੁਣਿਆ ਤੁਹਾਨੂੰ ਸੱਚੀ ਗੱਲ ਦੱਸਾਂ ਕਿਉਂਕਿ ਕਿ ਸਾਡੀ ਸੋਚ ਸਾਡਾ ਦਾਇਰਾ ਥੋੜਾ ਜਿਹਾ ਅਲੱਗ ਸੀਗਾ ਪਰ ਜਦੋਂ ਮੈਂ ਉਹਦਾ 295 ਗਾਣਾ ਸੁਣਿਆ ਜਿਸ ਦਿਨ ਉਸ ਦਿਨ ਤੋਂ ਮੈਨੂੰ ਲੱਗਾ ਕਿ ਬਹੁਤ ਵੱਡਾ ਰਾਈਟਰ ਹੈ ਅਸਲ ਚ ਉਹ ਉਹ ਗਾਇਕ ਨਹੀਂ ਸੀ ਉਹ ਰਾਈਟਰ ਸੀ ਉਹਨੂੰ ਅਸੀਂ ਗਾਇਕ ਠੀਕ ਹੈ ਉਹ ਪ੍ਰਵਾਨ ਹੋ ਗਿਆ ਗਾਇਕ ਲੋਕਾਂ ਦੇ ਵਿੱਚ ਗਾਇਕ ਦੇ ਤੌਰ ਤੇ ਪਰ ਉਹ ਬੇਸਿਕਲੀ ਉਹ ਰਾਈਟਰ ਸੀ ਤੇ ਉਹ ਤੁਹਾਨੂੰ ਸ਼ਾਇਦ ਇਹ ਵੀ ਨਹੀਂ ਕਹਾਣੀ ਪਤਾ ਹੋਣੀ ਵੀ ਉਹ ਕਿਸੇ ਬਹੁਤ ਵੱਡੇ ਫਨਕਾਰ ਕੋਲ ਬਹੁਤ ਵੱਡੇ ਅੱਜ ਦੇ ਸਟਾਰ ਕੋਲ ਗਾਣਾ ਲੈ ਕੇ ਗਿਆ ਸੀ ਵੀ ਉਸਤਾਦ ਜੀ ਮੇਰਾ ਆ ਗਾਣਾ ਐ ਮੈਂ ਲਿਖਿਆ ਮੈਂ ਗਾ ਦੋ ਤੁਸੀਂ ਉਹ ਕਹਿੰਦਾ ਤੇਰੇ ਵਰਗੇ 36 ਫਿਰਦੇ ਨੇ ਵੀ ਅਜੇ ਤਾਂ 20 ਤੁਰੇ ਫਿਰਦੇ ਨੇ ਲਿਖਣੇ ਵਾਲੇ ਵੀ ਉਹ ਕਹਿੰਦਾ ਫੇ ਕੋਈ ਨਹੀਂ ਅਗਲੀ ਵਾਰ ਮੈਂ ਹੀ ਗਾਉਂਗਾ ਤੇ ਮੈਂ ਤੇਤੋਂ 10 ਗੁਣਾ ਵੱਡਾ ਸਟਾਰ ਬਣੂੰਗਾ ਤੇ ਉਹਨੇ ਸਾਫ਼ ਤਵੀ ਕੀਤਾ ਇਸ ਗੱਲ ਨੂੰ ਤੇ ਲੋਕਾਂ ਨੇ ਪਿਆਰ ਦਿੱਤਾ ਉਹਨੇ ਗਾਣੇ ਸਾਰੇ ਮਾਂ ਵਾਲਾ ਗਾਣਾ ਮਾਂ ਮੈਂ ਤੇਰੇ ਵਰਗਾ ਹਾਂ ਹੋਰ ਬਹੁਤ ਮਤਲਬ ਜੇ ਪੱਕੀਏ ਜਿਵੇਂ ਮੈਂ ਜਿਹੜੀ ਗੱਲ ਬਾਰ-ਬਾਰ ਆਪਾਂ ਕਰ ਰਹੇ ਹਾਂ ਕਿ ਸਬਜੈਕਟ ਨੂੰ ਨਵਾਉਣਾ ਸਿੱਧੂ ਮੂਸੇਵਾਲੇ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਇਸ ਸਮੇਂ 'ਚ ਕਿਸੇ ਨੇ ਨਵਾਇਆ ਹੋਣਾ ਕੋਈ ਵੀ ਸਬਜੈਕਟ ਉਹਨੇ ਲਿਆ ਉਹਨੂੰ ਪੂਰਾ ਨਵਾਇਆ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਉਹਦੀ ਏਜ ਛੋਟੀ ਏਜ 'ਚ ਉਹਨੂੰ ਜ਼ਿਆਦਾ ਸ਼ੋਰਤ ਮਿਲ ਗਈ 18 ਸਾਲ ਦਾ ਸੀ ਜਦੋਂ ਪੂਰੇ ਵਰਲਡ 'ਚ ਪਪੂਲਰ ਹੋ ਗਿਆ 2.5 ਕਰੋੜ ਉਹਦੇ ਫਾਲੋਅਰ ਬਣ ਗਏ ਤੇ ਬਹੁਤ ਸਾਰਾ ਪੈਸਾ ਵੀ ਆ ਗਿਆ ਉਹ ਕਿਤੇ ਨਾ ਕਿਤੇ ਏਜ ਦਾ ਅਫੈਕਟ ਵੀ ਹੁੰਦਾ ਕਿਉਂਕਿ ਉਹ ਝੂਠ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਜਿਆਦਾ ਕਈ ਬਹੁਤ ਸਾਰੇ ਗਾਣੇ ਉਹਨੇ ਇਦਾਂ ਦੇ ਵੀ ਲਿਖੇ ਜਿਹੜੇ ਨਹੀਂ ਸਮਾਜ ਨੇ ਪ੍ਰਵਾਨ ਕੀਤੇ ਤੇ ਪਰ ਬਹੁਤ ਸਾਰਾ ਬਾਅਦ ਦੇ ਵਿੱਚ ਜਦੋਂ ਮਚ्योर ਹੋਇਆ ਤਾਂ ਬਾਅਦ ਚ ਇਹੋ ਜਿਹੇ ਵੀ ਕੁਝ ਲਿਖ ਗਿਆ ਜਿਹੜਾ ਲੋਕੀ ਹੁਣ ਯਾਦ ਕਰਦੇ ਨੇ ਸਾਰੇ ਸੁਣਦੇ ਨੇ ਕਿ ਅਸੀਂ ਵੀ ਸਿੱਧੂ ਮੂਸੇਵਾਲੇ ਨੂੰ ਸੁਣਿਆ ਤੇ ਉਹ ਬਹੁਤ ਅੱਛਾ ਮੈਂ ਉਹਨੂੰ ਰਾਈਟਰ ਦਾ ਰੁਤਬਾ ਦੇਣਾ ਕਿ ਬਹੁਤ ਅੱਛਾ ਬਾ ਕਮਾਲ ਰਾਈਟਰ ਸੀ ਤੇ ਬਹੁਤ ਅੱਛਾ ਉਹਨੇ ਲਿਖਿਆ ਸੋ ਜਦੋਂ ਉਹ ਕਟਨਾ ਹੁੰਦੀ ਆ ਤਾਂ ਉਸ ਤੋਂ ਬਾਅਦ ਬੜੇ ਸैम ਗਿਆ ਹਾਰ ਕੋਈ ਉਸ ਤੋਂ ਬਾਅਦ ਬੜੀਆਂ ਪੋਸਟਾਂ ਦੇਖਿਆ ਬੜਾ ਕੁਝੀ ਚੀਜ਼ਾਂ ਆਈਆਂ ਕਿ ਹੋ ਸਕਦਾ ਹੁਣ ਇੱਕ ਫੈਮਲੀ ਮਾਹੌਲ ਨਜ਼ਰ ਆਏਗਾ ਹੋ ਸਕਦਾ ਬੜਾ ਪਿਆਰ ਇੰਡਸਟਰੀ ਦੇ ਵਿੱਚ ਹੁਣ ਬਰਕਰਾਰ ਰਹੇਗਾ ਇੱਥੇ ਹੁਣ ਹਰ ਕੋਈ ਇਸ ਚੀਜ਼ ਨੂੰ ਅੰਡਰਸਟੈਂਡ ਕਰੇਗਾ ਕਿ ਜ਼ਿੰਦਗੀ ਬੜੀ ਛੋਟੀ ਹੈ ਇੱਕ ਦੂਜੇ ਨਾਲ ਮਿਲ ਕੇ ਰਹੀਏ ਪਰ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਇੱਕ ਵਾਰ ਫਿਰ ਤੋਂ ਅਸੀਂ ਇੰਡਸਟਰੀਜ਼ ਦੇਖ ਰਿਹਾ ਮਾਹੌਲ ਗਰਮ ਹੋ ਰਿਹਾ ਲੜਾਈ ਝਗੜੇ ਸਟਾਰਟ ਹੋ ਰਿਹਾ ਸੋ ਤੁਹਾਨੂੰ ਲੱਗਦਾ ਸਰ ਪਰਸਨਲੀ ਕਿ ਇੱਥੇ ਕਦੀ ਮਾਹੌਲ ਬਦਲੇਗਾ ਇੰਡਸ ਸਮਾ ਹੋ ਗਿਆ ਜੁੜੇ ਹੋਏ ਬਿਲਕੁਲ ਬਿਲਕੁਲ ਖੁਸ਼ੀ ਦੀ ਏ ਤਾਂ ਦੇਖੋ ਪਤਾ ਕੀ ਹੈ ਵੈਸੇ ਤਾਂ ਸਾਨੂੰ ਕਰੋਨਾ ਨੇ ਕੋਵਿਡ ਨੇ ਬਹੁਤ ਕੁਝ ਸਿਖਾਇਆ ਸੀ ਸਾਨੂੰ ਵੀ ਜੇ ਦੋ ਰੋਟੀਆਂ ਹੀ ਖਾਣੀਆਂ ਨੇ ਤਾਂ ਤੁਹਾਨੂੰ ਐਨੇ ਝਗੜੇ ਚ ਮੇਲੇ ਕਰਨ ਦੀ ਕੀ ਲੋੜਾ ਸਾਰੇ ਬੰਦੇ ਨੂੰ ਸਿਖਾਇਆ ਵੀ ਨਹੀਂ ਉੱਪਰ ਕੋਈ ਪਾਵਰ ਹੈਗੀ ਆ ਜਿਹੜੀ ਤੁਹਾਨੂੰ ਬਣ ਕੇ ਬਿਠਾ ਸਕਦੀ ਹੈ ਲੋਕਾਂ ਨੇ ਉਦੋਂ ਸਿੱਖ ਲਿਆ ਲੋਕਾਂ ਨੇ ਲੱਗਿਆ ਲੋਕਾਂ ਨੂੰ ਸਾਰੇ ਲੋਕ ਤੁਸੀਂ ਦੇਖਿਆ ਹੋਣਾ ਵੀ ਖੇਤਾਂ 'ਚ ਜਾ ਕੇ ਵੱਡੇ ਵੱਡੇ ਸਟਾਰ ਖੇਤਾਂ 'ਚ ਕਈ ਲੈ ਕੇ ਕੋਈ ਕੰਮ ਕਰ ਰਿਹਾ ਕੋਈ ਆਪਣੇ ਮਾਪਿਆਂ ਨਾਲ ਜਾ ਕੇ ਕੰਮ ਕਰਨ ਲੱਗੇ ਘਰਾਂ 'ਚ ਟੋਕੇ ਵੀ ਕਰਨ ਲੱਗੇ ਮਸ਼ੀਨਾਂ ਵੀ ਸਾਰਾ ਕੁਝ ਕਰਨ ਲੱਗੇ ਕਿਤਨਾ ਕਿਤੇ ਸੋਚ ਬਦਲੀ ਸੀ ਵੀ ਹਾਂ ਸਮਾਊਗਾ ਪਰ ਜਦੋਂ ਦੁਬਾਰਾ ਫੇਰ ਦੌਰ ਬਦਲਿਆ ਇਹ ਜਦੋਂ ਲੱਗਾ ਕਿ ਫੇਰ ਇੱਕ ਦੌੜ ਪੈ ਗਈ ਸਾਰਿਆਂ ਦਾ ਸਟਾਰ ਵੱਡਾ ਹੋਰ ਵੱਡਾ ਸਾਰ ਬਣਨ ਦੀ ਲੋਕਾਂ 'ਚ ਦੇਖਣ ਦੀ ਤੇ ਜੇ ਮੈਂ ਬੌਂਸਰ ਮੈਂ ਸਟਾਰ ਬਣ ਗਿਆ ਮੇਰਾ ਗਾਣਾ ਹਿੱਟ ਹੋ ਗਿਆ ਤਾਂ ਮੈਂ 10 ਬੌਂਸਰ ਲੱਗੇ ਦੂਸਰੇ ਨੇ ਕਿ ਉਹਨੇ 10 ਲੱਖ ਰੇ ਉਹਨੇ 20 ਬੌਂਸਰ ਨਾਲ ਰੱਖ ਲਏ ਤੇ ਉਹ ਕਿਤਨਾ ਕਿਤੇ ਜਿਹੜੀਆਂ ਗੱਲਾਂ ਨੇ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਤੇ ਆਪਣੇ ਨੂੰ ਵੱਡਾ ਦਿਖਾਉਣ ਦੀ ਉਹਨੇ ਸਾਡੇ 'ਚ ਆਪਸੀ ਪਿਆਰ ਜਿਹੜਾ ਉਹ ਘਟਾਤਾ ਜਦੋਂ ਕਿ ਕੋਈ ਵੀ ਕਲਾਕਾਰ ਹੈ ਕੋਈ ਵੀ ਰਾਈਟਰ ਹੈ ਹਰ ਇੱਕ ਬੰਦਾ ਆਪਣਾ ਚੀਜ਼ ਬੈਸਟ ਕਰਦਾ ਔਰ ਉਹਦੀ ਆਪਣਾ ਮੁਕਾਮ ਹੈ ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਹਰ ਬੰਦੇ ਦਾ ਆਪਣਾ ਮੁਕਾਮ ਹੈ ਹਰ ਬੰਦੇ ਨੂੰ ਪਿਆਰ ਲੋਕਾਂ ਨੇ ਦੇਣਾ ਕਿਹਨੂੰ ਕਿੰਨਾ ਦੇਣਾ ਕਿਸੇ ਨੂੰ ਘੱਟ ਦੇਣਾ ਕਿਸੇ ਨੂੰ ਵੱਧ ਦੇਣਾ ਇਹ ਇਹ ਸਰੋਤਿਆਂ ਤੇ ਡਿਪੈਂਡ ਕਰਦਾ ਸੋ ਇਹ ਜਿਹੜੀ ਦੌੜ ਲੱਗੀ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਗਲਤ ਹੈ ਹਰ ਬੰਦੇ ਨੂੰ ਕੰਮ ਪ੍ਰਮਾਤਮਾ ਨੇ ਉਹਦੇ ਮਿਹਨਤ ਦੇ ਮੁਤਾਬਕ ਉਹਨੂੰ ਕੰਮ ਦੇਣਾ ਉਹਨੂੰ ਰਤਬਾ ਵੀ ਪ੍ਰਮਾਤਮਾ ਨੇ ਦੇਣਾ ਹੈ ਸੋ ਇਹ ਡਾਊਟ ਨਹੀਂ ਹੋਣੀ ਚਾਹੀਦੀ ਇੰਡਸਟਰੀ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਸਾਰਿਆਂ ਨੂੰ ਮਤਲਬ ਜਿਹੜਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਇੰਨੀਆਂ ਗਾਲਾਂ ਇੰਨੇ ਕਮੈਂਟ ਚਾਰ ਬੰਦੇ ਉਹਦੇ ਨਾਲ ਲੱਗ ਜਾਂਦੇ 10 ਉਹਦੇ ਨਾਲ ਲੱਗ ਜਾਂਦੇ ਆ ਉਹ ਜਿਹੜਾ ਤਮਾਸ਼ਾ ਹੈ ਨਾ ਉਹ ਕਿਤਨਾ ਕਿਤੇ ਦੁਨੀਆ ਜਦੋਂ ਦੇਖਦੀ ਹੈ ਉਹ ਬਹੁਤ ਸਾਡਾ ਗ੍ਰਾਫ ਜਿਹੜਾ ਥੱਲੇ ਚਲਾ ਜਾਂਦਾ ਸੰਗੀਤ ਇੱਕ ਸਾਧਨਾ ਇੱਕ ਤਪੱਸਿਆ ਸੰਗੀਤ ਮਨੋਰੰਜਨ ਦਾ ਸਾਧਨ ਹੈ ਪਰ ਉਹਨੂੰ ਇਹ ਲੜਾਈ ਦਾ ਪਲੇਟਫਾਰਮ ਨਹੀਂ ਬਣਾਉਣਾ ਚਾਹੀਦਾ ਜੀ ਤੁਸੀਂ ਸਰ ਸ਼ੁਰੂ ਤੋਂ ਜਿਸ ਤਰੀਕੇ ਦੇ ਗੀਤ ਲਿਖਨੇ ਸ਼ੁਰੂ ਕੀਤੇ ਉਸੇ ਤਰੀਕੇ ਦੀ ਕਲਮ ਨਾਲ ਉਸੇ ਤਰੀਕੇ ਦੇ ਗੀਤਾਂ ਦੇ ਨਾਲ ਹੀ ਆਪਣੇ ਆਪ ਨੂੰ ਬਰਕਰਾਰ ਰੱਖਿਆ ਇੰਡਸਟਰੀ ਵਿੱਚ ਤੇ ਅੱਜ ਵੀ ਉਦਾਂ ਦੇ ਹੀ ਗੀਤ ਲਿਖ ਰਹੇ ਹੋ ਤੁਹਾਡਾ ਹਮੇਸ਼ਾ ਹੀ ਬੜਾ ਸੋਨਾ ਸ਼ੁਰੂ ਤੋਂ ਪੰਜਾਬ ਦੇ ਲਈ ਕਈ ਪੰਜਾਬੀਏ ਦਿੱਲੀ ਪੰਜਾਬੀ ਭਾਸ਼ਾ ਦੇ ਲਈ ਬੜਾ ਵੱਡਾ ਮੁੱਲਾ ਯੋਗਦਾਨ ਰਿਹਾ ਹਮੇਸ਼ਾ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਕੁਝ ਨਾ ਕੁਝ ਪ੍ਰਮੋਟ ਕਰਨ ਦੇ ਲਈ ਜ਼ਰੂਰ ਕੀਤਾ ਜਾਵੇ ਅਲੱਗ-ਅਲੱਗ ਲੋਕਾਂ ਦੇ ਤਾਂ ਕਿ ਇਸ ਚੀਜ਼ ਨੂੰ ਪਹੁੰਚਾਇਆ ਜਾਏ ਤਾਂ ਹੁਣ ਫਿਊਚਰ ਚ ਕੀ ਕੀ ਤੁਹਾਡੇ ਪਲਾਨਸ ਨੇ ਅੱਗੇ ਕੀ ਹੋਰ ਕੀ ਕੀ ਤੁਹਾਡੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਜਾਂ ਇਸ ਟੈਂਪਲ ਚੀਜ਼ਾਂ ਚੱਲ ਰਹੀਆਂ ਨੇ ਬਿਲਕੁਲ ਖੁਸ਼ੀ ਜੀ ਅਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਅਸੀਂ ਜਦੋਂ ਤੋਂ ਮੂਵਮੈਂਟ ਚੱਲੀ ਸਾਨੂੰ ਲੱਗਿਆ ਕਿ ਬਹੁਤ ਨੁਕਸਾਨ ਕਿਉਂਕਿ ਪੰਜਾਬ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਨੁਕਸਾਨ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਜਿਹੜੀ ਪੀੜ੍ਹੀ ਨੇ ਉਹ ਨੁਕਸਾਨ ਨਹੀਂ ਦੇਖਿਆ ਆਪਣੀ ਅੱਖੀ ਉਹ ਨਹੀਂ ਸਮਝ ਸਕਦੇ ਉਸ ਦਰਦ ਨੂੰ ਅਸੀਂ ਆਪਣੀਆਂ ਅੱਖੀਆਂ ਹਾਲਾਤ ਦੇਖੇ ਹੋਏ ਨੇ ਸਾਨੂੰ ਪਤਾ ਹੈ ਤੇ ਅਸੀਂ ਇਹੀ ਚਾਹੁੰਦੇ ਸੀ ਕਿ ਗਾਣਾ ਜਿਹੜਾ ਹੈਗਾ ਨਾ ਜੀ ਬਹੁਤ ਛੇਤੀ ਅਸਰ ਕਰਦਾ ਸਭ ਤੋਂ ਤੇਜ਼ ਜੇ ਬ੍ਰੇਨ ਤੇ ਕੋਈ ਸੰਗੀਤ ਅਸਰ ਕਰਦਾ ਸਭ ਤੋਂ ਤੇਜ਼ ਤੇ ਗਾਣੇ ਜੇ ਅਸੀਂ ਹਥਿਆਰਾਂ ਦੀ ਗੱਲ ਹੋ ਗਈ ਨਸ਼ਿਆਂ ਨੂੰ ਪ੍ਰੋਮੋਟ ਕਰਨਾ ਕਿਤੇ ਨਾ ਕਿਤੇ ਉਹ ਹਰ ਬੰਦਾ ਮਾਡਲ ਨੂੰ ਦੇਖ ਕੇ ਵੀ ਉਹ ਉਹ ਤਾਂ ਉੱਥੇ ਦਿਖਾਇਆ ਜਾ ਰਿਹਾ ਤੇ ਹਰ ਬੰਦਾ ਆਪਣੇ ਆਪ ਨੂੰ ਗੈਂਗਸਟਰ ਸਮਝਣ ਲੱਗ ਗਿਆ ਅੰਮ ਨੰਮ ਬੱਚੇ ਵਿਆਹਾਂ ਦੇ ਵਿੱਚ ਗੋਲੀਆਂ ਚਲਾਤੀਆਂ ਮਾਰਤੇ ਇਹ ਹੋ ਗਿਆ ਉਹ ਹੋ ਗਿਆ ਕਿੰਨਾ ਕੁਛ ਹੋਇਆ ਅਸੀਂ ਸ਼ੁਰੂ ਤੋਂ ਚਾਹੁੰਦੇ ਸੀ ਵੀ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਇੱਕ ਬਹੁਤ ਅਮੀਰ ਵਿਰਸੇ ਦੇ ਅਸੀਂ ਵਾਰਿਸਾਂ ਸਾਡੇ ਕੋਲ ਇੰਨਾ ਕੁਛ ਹੈ ਲਿਖਣ ਲਈ ਅਸੀਂ ਜੋ ਮਰਜੀ ਲਿਖਦੇ ਰਹੀਏ ਵਿਆਹਾਂ ਮਾਂ ਸ਼ਾਦੀਆਂ ਚ ਸਾਡੇ ਕੋਲ ਇੰਨੀਆਂ ਸਾਡੇ ਕੋਲ ਪ੍ਰੇਮ ਕਹਾਣੀਆਂ ਨੇ ਸਾਡੇ ਕੋਲ ਕਿਸੇ ਨੇ ਕਬ ਉਹਨੇ ਕਥਾਾਂਵਾਂ ਨੇ ਲੋਕਾਾਂਵਾਂ ਨੇ ਸੋ ਅਸੀਂ ਉਦੋਂ ਵੀ ਕੋਸ਼ਿਸ਼ ਕਰਦੇ ਸੀ ਹੁਣ ਅਸੀਂ ਦੁਬਾਰਾ ਇੱਕ ਨਵੇਂ ਮੈਂ ਤੁਹਾਨੂੰ ਇਨਫੋਰਮੇਸ਼ਨ ਲਈ ਦੱਸ ਦੇਣਾ ਕਿ ਅਸੀਂ ਇੱਕ ਪਲੈਟਫਾਰਮ ਬਣਾਇਆ ਲੋਕਗੀਤ ਐਂਟਰਟੇਨਮੈਂਟ ਜੀ ਲੋਕਗੀਤ ਲੋਕਾਂ ਦੇ ਗੀਤ ਅਸੀਂ ਕਹਿੰਦੇ ਵੀ ਗੀਤ ਲੋਕਾਂ ਦੇ ਹੋਣੇ ਚਾਹੀਦੇ ਆ ਲੋਕਾਂ ਦੀ ਗੱਲ ਹੋਵੇ ਜਿੱਥੇ ਹਰ ਬੰਦਾ ਕਹੇ ਕਿ ਆ ਮੇਰੀ ਗੱਲ ਹੈ ਜੀ ਸੋ ਅਸੀਂ ਲੋਕਗੀਤ ਐਂਟਰਟੇਨਮੈਂਟ ਚ ਜੀ ਜਿਹੜਾ ਸਾਡਾ ਵਿਰਸਾ ਸੀ ਸਾਡੀ ਵਿਰਾਸਤ ਸੀ ਸਾਡੇ ਪੁਰਾਣੇ ਗੀਤ ਸੀ ਮਿਰਜ਼ਾ ਸਾਹਿਬਾ ਸੱਸੀ ਪੋਨੂ ਜਾਂ ਸ਼ਿਵਕੌਰ ਬਟਾਲਵੀ ਜਾਂ ਹੋਰ ਇਦਾਂ ਦੇ ਜਿੰਨੇ ਵੀ ਅਸੀਂ ਪੁਰਾਣੀਆਂ ਚੀਜ਼ਾਂ ਮਾਈਆ ਬੋਲੀਆਂ ਸਿੱਠਣੀਆਂ ਟੱਪੇ ਜੋ ਵੀ ਅਸੀਂ ਪੁਰਾਣੇ ਕਲਚਰ ਚ ਦੇਖਦੇ ਸੀ ਜਾਂ ਅੱਜ ਵੀ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਅਸੀਂ ਉਹਦੇ ਲਈ ਲੋਕਗੀਤ ਐਂਟਰਟੇਨਮੈਂਟ ਇੱਕ ਪਲੇਟਫਾਰਮ ਤਿਆਰ ਕੀਤਾ ਜਿੱਧਰ ਆਈਆਂ ਅਸੀਂ ਉਹਨਾਂ ਬੰਦਿਆਂ ਨੂੰ ਪ੍ਰਮੋਟ ਕਰਦੇ ਹਾਂ ਜਿਹੜੇ ਬੰਦੇ ਇਦਾਂ ਦੇ ਸਬਜੈਕਟ ਦੇ ਗਾਣੇ ਗਾਉਂਦੇ ਨੇ ਕੋਈ ਹੋਵੇ ਅਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਹਾਂ ਅਸੀਂ ਪਿੱਛੇ ਜੇ ਸੁਖੀ ਵਿਰਾੜ ਮੈਡਮ ਤੁਸੀਂ ਸਾਰੇ ਆਪਾਂ ਜਾਣਦੇ ਆ ਪੰਜਾਬੀ ਕਲਚਰ ਦੀ ਇੱਕ ਅਲੱਗ ਤਸਵੀਰ ਨੇ ਪਰਸਨਲਿਟੀ ਆ ਉਹਨੂੰ ਪਤਾ ਲੱਗਦਾ ਕਿ ਇਹ ਪੰਜਾਬੀ ਕਲਚਰ ਨਾਲ ਸੰਬੰਧਿਤ ਨੇ ਉਹਨਾਂ ਦਾ ਇੱਕ ਅਸੀਂ ਮਿਰਜ਼ਾ ਲੋਕਾਂ ਨੇ ਬੜਾ ਪਿਆਰ ਦਿੱਤਾ ਉਸ ਤੋਂ ਬਾਅਦ ਅਸੀਂ ਵਾਰਸ਼ਾ ਦੀ ਹੀਰ ਇੱਕ ਸਾਡੇ ਗਾਇਕ ਨੇ ਮਲੋਟ ਤੋਂ ਸਤਪਾਲ ਭੁੰਦਰ ਜੀ ਉਹਨਾਂ ਨੇ 30 ਸਾਲ ਹੋ ਗਏ ਉਹ ਹੀਰ ਨੂੰ ਗਾਉਂਦੇ ਸੀ ਕਹਿੰਦੇ ਮੈਂ ਬਹੁਤ ਸਾਰੇ ਪ੍ਰੋਡਿਊਸਰਾਂ ਨੂੰ ਕੰਪਨੀਆਂ ਨੂੰ ਸੁਣਾਇਆ ਕਿ ਮੇਰੀ ਤੁਸੀਂ ਆ ਸੁਣੋ ਮੈਂ ਮਤਲਬ ਕਿ ਬਹੁਤ ਅੱਛਾ ਗਾਉਂਦੇ ਨੇ ਸਰੀਲਾ ਪਰ ਕਿਸੇ ਨੇ ਰਿਕਾਰਡ ਨਹੀਂ ਕੀਤਾ ਮੈਂ ਇਹਨੂੰ ਸੁਖੀ ਭੈਣਜੀ ਨੇ ਇੱਕ ਦਿਨ ਫੋਨ ਤੇ ਸੁਣਾਇਆ ਕਿ ਆ ਸੰਗਰ ਸੁਣੋ ਜੀ ਕਿੰਨੀ ਵਧੀਆ ਗਾਉਂਦਾ ਮੈਂ ਇਮੀਡੀਏਟ ਉਹਨੂੰ ਬੁਲਾਇਆ ਵੀ ਆ ਜਾ ਤੈਨੂੰ ਰਿਕਾਰਡ ਕਰੀਏ ਤੇ ਅਸੀਂ ਰਿਲੀਜ਼ ਕੀਤਾ ਤੇ ਲੋਕ ਪਸੰਦ ਕਰ ਰਹੇ ਨੇ ਪੂਰੇ ਵਰਲਡ ਚੋਂ ਇੰਨੇ ਫੋਨ ਆ ਰਹੇ ਤੁਸੀਂ ਯਕੀਨ ਕਰਿਓ ਵੀ ਲੋਕ ਕਹਿੰਦੇ ਵੀ ਆ ਤੁਸੀਂ ਬਹੁਤ ਅੱਛਾ ਕੀਤਾ ਜਿਹੜਾ ਕਾਫੀ ਚਿਰ ਬਾਅਦ ਸਾਨੂੰ ਦੁ ਹਰਦੀਪ ਭਾਜੀ ਨੇ ਸ਼ਿਕਰਾ ਯਾਰ ਬਣਾਇਆ ਇੰਨਾ ਵਧੀਆ ਗਾਉਂਦੇ ਨੇ ਸ਼ਿਫਕਾਉਂ ਬਟਾਲਵੀ ਦਾ ਤੇ ਪੁੱਛੋ ਨਾ ਅਸੀਂ ਉਹਨਾਂ ਨੂੰ ਰਿਲੀਜ਼ ਕਰਨ ਜਾ ਰਹੇ ਹਾਂ ਕਿ ਹੋਰ ਬਹੁਤ ਕੁਝ ਹੈ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਅਸੀਂ ਸੱਦਾ ਸਾਰਿਆਂ ਨੂੰ ਦਿੰਦੇ ਆ ਕਿ ਤੁਸੀਂ ਇਦਾਂ ਦੇ ਅਗਰ ਤੁਸੀਂ ਇਦਾਂ ਦੀ ਚੀਜ਼ ਤੁਹਾਡੇ ਕੋਲ ਹੈਗੀ ਜਾਂ ਤੁਸੀਂ ਲਿਖਦੇ ਹੋ ਜਾਂ ਗਾਉਂਦੇ ਹੋ ਸਾਡੇ ਨਾਲ ਕੰਟੈਕਟ ਕਰੋ ਆਪਾਂ ਮਿਲ ਕੇ ਕਲਚਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਨਵੀਂ ਪੀੜੀ ਜਿਹੜੀ ਆ ਉਹ ਸਾਡੇ ਕਲਚਰ ਤੋਂ ਜਾਣੂ ਰਹੇ ਕਿ ਸਾਡੇ ਕੋਲ ਕੀ ਸੀ ਅਸੀਂ ਸਾਡਾ ਪਿੱਛੇ ਪਛੋਕੜ ਕੀ ਸੀ ਉਹ ਨਾ ਭੁੱਲਣ ਉਹ ਅੱਗੇ ਜਿਵੇਂ ਮਰਜ਼ੀ ਜਾਂਦੇ ਰਹਿਣ ਪ੍ਰੋਗਰੈਸ ਕਰਨ ਤਰੱਕੀ ਕਰਨ ਪਰ ਪਿਛਲਾ ਨਾ ਭੁੱਲਣ ਜੀ ਉਹਦਾ ਐਸੀ ਪ੍ਰਾਲਾ ਕਰ ਰਹੀਆਂ ਜੀ ਬਿਲਕੁਲ ਸੋ ਅਕਤੀ ਸਰ ਤੁਸੀਂ ਅੱਜ ਆਏ ਬੜਾ ਵਧੀਆ ਲੱਗਾ ਕਿ ਤੁਸੀਂ ਕੀਮਤੀ ਸਮਾਂ ਦਿੱਤਾ ਇੰਨੀਆਂ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਸਮਾਂ ਕਿਵੇਂ ਨਿਕਲ ਗਿਆ ਪਤਾ ਹੀ ਨਹੀਂ ਲੱਗਾ ਅੱਜ ਸੋ ਮੈਂ ਚਾਹਨੀ ਜਾਂਦੇ ਜਾਂਦੇ ਤੁਸੀਂ ਆਡੀਅנס ਨੂੰ ਕੋਈ ਮੈਸੇਜ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਖਾਸ ਕਰਕੇ ਗੀਤਾਂ ਨੂੰ ਲੈ ਕੇ ਕਿ ਇੰਡਸਟਰੀ ਦੇ ਵਿੱਚਲਾ ਮਾਹੌਲ ਅੱਛਾ ਰਹੇ ਕਿਵੇਂ ਦੀ ਗਾਇਕੀ ਆਏ ਤਾਂ ਕਿ ਸਾਡਾ ਜੋ ਪੰਜਾਬ ਦਾ ਕਲਚਰ ਆ ਉਹ ਬਚਿਆ ਰਹੇ ਜੀ ਵੈਸੇ ਤਾਂ ਖੁਸ਼ੀ ਜੀ ਅੱਜਕੱਲ ਸਾਰੇ ਬਹੁਤ ਪੜ੍ਹੇ ਲਿਖੇ ਨੇ ਸਿਆਣੇ ਨੇ ਸਤੋਂ ਜ਼ਿਆਦਾ ਸਮਝਦਾਰ ਨੇ ਤੇ ਫਿਰ ਵੀ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹੁੰਨਾ ਸਾਰਿਆਂ ਨੂੰ ਵੀ ਨਵੇਂ ਰਾਈਟਰਾਂ ਨੂੰ ਖਾਸ ਕਰਕੇ ਵੀ ਪੜੋ ਕਿਤਾਬਾਂ ਪੜੋ ਪ੍ਰਾਣੀਆਂ ਤਾਂ ਕਿ ਤੁਹਾਨੂੰ ਪਤਾ ਲੱਗੇ ਤੇ ਜੋ ਵੀ ਲਿਖਣਾ ਹੈ ਸਾਫ ਸੁਥਰਾ ਇਦਾਂ ਦਾ ਲਿਖੋ ਕਿ ਸਮਾਜ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਐਂਟਰਟੇਨਮੈਂਟ ਕਰੋ ਲੋਕਾਂ ਦਾ ਐਂਟਰਟੇਨਮੈਂਟ ਸੰਗੀਤ ਐਂਟਰਟੇਨਮੈਂਟ ਕਰਦਾ ਤੇ ਉਦਾਂ ਦਾ ਲਿਖੋ ਤੇ ਉਦਾਂ ਦਾ ਗਾਓ ਲੋਕਾਂ ਤੱਕ ਪਹੁੰਚਾਓ ਜਿੰਨਾ ਹੋ ਸਕਦਾ ਪੰਜਾਬੀ ਨੂੰ ਜਿੰਨਾ ਹੋ ਸਕਦਾ ਪੰਜਾਬੀ ਨੂੰ ਪ੍ਰਮੋਟ ਕਰੀਏ ਅਸੀਂ ਬਜਾਏ ਗਾਣਿਆਂ ਦੇ ਵਿੱਚ ਇੰਗਲਿਸ਼ ਬ੍ਰੈਂਡਾਂ ਨੂੰ ਜਾਂ ਬੈਸਟਨ ਬ੍ਰਾਂਡਾਂ ਨੂੰ ਪ੍ਰਮੋਟ ਕਰਨ ਦੇ ਅਸੀਂ ਆਪਣੇ ਪੰਜਾਬ ਦੇ ਬ੍ਰਾਂਡ ਬ੍ਰਾਂਡ ਪ੍ਰਮੋਟ ਕਰੀਏ ਪੰਜਾਬ ਨੂੰ ਪ੍ਰਮੋਟ ਕਰੀਏ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੀਏ ਸੋ ਮੇਰਾ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਤੁਸੀਂ ਸਾਰੇ ਆਪਰਾਂ ਮਿਲ ਕੇ ਇਹਨੂੰ ਹੰਬੜਾ ਮਾਰੀਏ ਤੇ ਮੇਰੀ ਬਹੁਤ ਜਲਦੀ ਪਿੱਛੇ ਮੇਰੀ ਕਿਤਾਬ ਰਿਲੀਜ਼ ਹੋਈ ਸੀ ਪੰਜਾਬ ਜਿੰਦਾਬਾਦ ਮੈਂ ਦੋ ਸ਼ਬਦ ਜਾਂਦਾ ਜਾਂਦਾ ਵਸੋ ਉਹਦੇ ਵਿੱਚ ਹੀ ਸਾਰਾ ਕੁਝ ਹੈ ਤੇ ਉਹ ਮੈਂ ਜਰੂਰ ਸਾਰਿਆਂ ਨਾਲ ਸਾਂਝਾ ਕਰਾਂਗਾ ਕਿ ਸਾਰੀ ਦੁਨੀਆ ਦੇ ਦੇਸ਼ਾਂ ਵਿੱਚੋਂ ਦੇਸ਼ ਹੈ ਨਿਆਰਾ ਸੋਹਣਾ ਜ਼ਿੰਦਗੀ ਤੋਂ ਸਾਨੂੰ ਸਾਡੀ ਜਾਨ ਤੋਂ ਪਿਆਰਾ ਸਾਰੀ ਦੁਨੀਆ ਦੇ ਦੇਸ਼ਾਂ ਵਿੱਚੋਂ ਦੇਸ਼ ਹੈ ਨਿਆਰਾ ਸੋਹਣਾ ਜ਼ਿੰਦਗੀ ਤੋਂ ਸਾਨੂੰ ਸਾਡੀ ਜਾਨ ਤੋਂ ਪਿਆਰਾ ਖੁਸ਼ੀ ਖੇੜਿਆਂ ਚ ਖਿੜਿਆ ਗੁਲਾਬ ਜਿੰਦਾਬਾਦ ਸਾਰੇ ਜੱਗ ਤੋਂ ਪਿਆਰਾ ਵੀ ਪੰਜਾਬ ਜਿੰਦਾਬਾਦ ਸਾਰੇ ਜੱਗ ਤੋਂ ਪਿਆਰਾ ਵੀ ਪੰਜਾਬ ਜਿੰਦਾਬਾਦ ਸੋ ਖੁਸ਼ੀ ਜੀ ਪੰਜਾਬ ਸਾਡਾ ਜਿੰਦਾਬਾਦ ਹੈ ਇਹਨੇ ਜਿੰਦਾਬਾਦ ਰਹਿਣਾ ਹੈ ਪਰ ਸਾਨੂੰ ਉਪਰਾਲਾ ਕਰਨਾ ਪੈਣਾ ਇਹਨੂੰ ਜ਼ਿੰਦਾਬਾਦ ਰੱਖਣ ਲਈ ਇਹਨੂੰ ਖੋਸ਼ ਰੱਖਣ ਲਈ ਇਹਨੂੰ ਰੰਗਲਾ ਪੰਜਾਬ ਬਣਾਉਣ ਲਈ ਅਸੀਂ ਆਪੋ ਆਪਣੀ ਫੀਲਡ ਦੇ ਹਿਸਾਬ ਨਾਲ ਉਪਰੋ ਨਿਕਲਦੇ ਹਿਸਾਬ ਨਾਲ ਉਪਰਾਲੇ ਕਰੀਏ ਤੇ ਸਾਰੇ ਖੁਸ਼ੀ ਹੋਵੇ ਤਰੱਕੀ ਹੋਵੇ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੱਟੀ ਸਰ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਤੁਹਾਡਾ ਧੰਨਵਾਦ ਥੈਂਕ ਯੂ ਸੋ اے ਸਨ ਮਿਰਨਲ ਪੱਟੀ ਪੜੀ ਵਾਲਾ ਜੀ ਜਿੰਨਾ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਉਹਨਾਂ ਦੇ ਸਫਰ ਨੂੰ ਲੈ ਕੇ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ ਉਮੀਦ ਕਰਦੀ ਹਾਂ ਤੁਹਾਨੂੰ आज ਦਾ ਸਾਡਾ ਇੰਟਰਵਿਊ ਪਸੰਦ ਆਇਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਇਲਟਸ ਅਪਡੇਟ ਨੂੰ ਚੈਨਲ ਦੀ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ